ਸਾਰੇ ਰੋਪੇਰ ਪ੍ਰੀ ਸੱਸੀਅ ਕਾਲ ਜਿਹੜੇ ਜਿਹੜੇ ਬੱਚੇ ਆਈਐਲਸ ਕਰਦੇ ਆ ਜਾਂ ਆਈਐਲਸ ਤੋਂ ਇੰਨਾ ਕ ਮਨ ਅੱਕ ਗਿਆ ਕਿ ਤਿਆਰੀ ਕਰ ਕਰਕੇ ਥੱਕ ਕੇ ਕਿ ਰਮਨ ਸਰ ਜੀ ਹੱਥ ਖੜੇ ਆ ਇਦੋਂ ਬਾਅਦ ਆਈਐਲਸ ਹੀ ਸਾਡੇ ਕੋਲੇ ਗੱਲ ਨਾ ਕਰੀਓ ਪਰ ਮੈਂ ਕਹਿੰਦਾ ਇੱਕ ਵਾਰ ਮੇਰੇ ਕੰਨ ਤੇ ਰੁਕ ਜਾਓ ਜਿਹੜੇ ਬੱਚਿਆਂ ਨੂੰ ਆਈਐਲਸ ਔਖੀ ਲੱਗਦੀ ਹੈ ਨਾ ਇੱਕ ਵਾਰ ਮੇਰੀ 15 20 ਮਿੰਟ ਦੀ ਵੀਡੀਓ ਦੇਖ ਲਓ ਜੇ ਇਦੋਂ ਬਾਅਦ ਗੱਲ ਨਾ ਬਣੀ ਨਾ ਤੁਸੀਂ ਤਾਂ ਕਹੀਓ ਵੀ ਰਮਨ ਸਰ ਮਜ਼ਾ ਨਹੀਂ ਆਇਆ ਪੜ੍ਹ ਕੇ ਕਮਾਲ ਦੀ ਗੱਲ ਮੈਂ ਤੁਹਾਨੂੰ ਇੱਕ ਚੀਜ਼ ਸਿਖਾਉਣਾ ਤੁਸੀਂ ਇੱਕ ਚੀਜ਼ ਨੋਟ ਕਰਕੇ ਦੇਖੋ ਜਿਹੜੇ ਸਟੂਡੈਂਟ आईएलएस ਕਰਦੇ ਹੋਏ ਰੀਡਿੰਗ ਮੋਡਿਊਲ ਨੂੰ ਜਿਹੜੇ ਇਹ ਕਹਿੰਦੇ ਨੇ ਵੀ ਸਰ ਜੀ ਇਹ ਤੋਂ ਬਾਅਦ ਬੋਰਿੰਗ ਕੀ ਹੋਊਗਾ ਮੈਂ ਤੁਹਾਨੂੰ ਇੱਕ ਚੀਜ਼ ਕਹਿੰਦਾ ਇਹ ਤੋਂ ਵਧੀਆ ਇੰਟਰਸਟਿੰਗ ਵੀ ਕੋਈ ਨਹੀਂ ਹੈਗਾ ਤੁਸੀਂ ਮੇਰੇ ਕਹਿਣ ਤੇ ਲਿਸਟ ਆਫ ਹੈਡਿੰਗ ਜਿਹਨੂੰ ਬਹੁਤ ਸਾਰੇ ਬੱਚੇ ਇਹ ਕਹਿੰਦੇ ਨੇ ਕਿ ਲਿਸਟ ਆਫ ਹੈਡਿੰਗ ਕਦੇ ਸਮਝ ਨਹੀਂ ਆ ਸਕਦੇ ਮੈਂ ਕਹਿੰਦਾ ਮੈਂ 10 15 ਮਿੰਟ ਦੇ ਵਿੱਚ ਤੁਹਾਨੂੰ ਐਵੇਂ ਦਾ ਜਾਦੂ ਕਰਕੇ ਦਿਖਾਉਂਗਾ ਨਾ ਤੁਸੀਂ ਸਾਰੇ ਕਹੋਗੇ ਵੀ ਆਹ ਕੀ ਹੋ ਗਿਆ ਮਤਲਬ ਰੌਲਾ ਇਹੀ ਹੈਗਾ ਓਵਰ ਕੌਨਫੀਡੈਂਸ ਹੋ ਕੇ ਮੇਰੀ ਕਲਾਸ ਨਾਲ来ਓ ਤੁਹਾਨੂੰ ਨਾਲ ਇੱਕ ਵਾਰ ਐਵੇਂ ਆਜੋ ਵੀ ਸਰ ਜੀ ਅਸੀਂ ਬਲੈਂਕ ਆਂ ਜਮੀ ਖਾਲੀਆਂ ਆਂ ਪੜਾਉ ਕੀ ਪੜਾਉਣਿਓ ਤਾਂ ਮੈਂ ਤੁਹਾਨੂੰ ਇੱਕ ਟਾਪਿਕ ਪੜਾ ਕੇ ਦਿਖਾਉਣਾ ਤੇ ਜੇ ਇਦੋਂ ਬਾਅਦ ਤੁਸੀਂ ਆ ਗੱਲ ਨਾ ਕਹਦੇ ਹੋ ਨਾ ਵੀ ਸਰ ਲਿਸਟ ਆਫ ਹੈਡਿੰਗ ਅਸੀਂ ਖਾ ਜਾਾਂਗੇ ਇਹਨਾਂ ਨੂੰ ਕਿੱਡੀ ਕੀ ਗੱਲ ਹੋ ਗਈ ਤਾਂ ਮੈਂ ਤੁਹਾਨੂੰ ਸੀਰੀਅਸਲੀ ਕਹਿ ਰਿਹਾਗਾ ਐਨੇ ਵਧੀਆ ਤਰੀਕੇ ਨਾਲ ਤੇ ਸੌਖੇ ਨਹੀਂ ਪੜਾਉਂਦਾ ਇਹ ਵੀ ਗੱਲ ਯਾਦ ਰੱਖਿਓ ਪੇਪਰ ਦੇ ਲੈਵਲ ਦੇ ਲਿਸਟ ਆਫ ਹੈਡਿੰਗ ਪੜਾਉਂਗਾ ਤੇ 100% ਮੈਂ ਜ਼ਿੰਮੇਵਾਰਾਂ ਹਰ ਇੱਕ ਸਟੂਡੈਂਟ ਇਹ ਗੱਲ ਕਹੂਗਾ ਵੀ ਰਮਨ ਸਰ ਮਜ਼ਾ ਆ ਗਿਆ ਇਹ ਤਾਂ ਵਧੀਆ ਲਿਸਟ ਆਫ ਹੈਡਿੰਗ ਕੋਈ ਨਹੀਂ ਹੋ ਸਕਦੇ ਟਾਈਮ ਨਹੀਂ ਵੇਸਟ ਕਰਦੇ ਆਓ ਸ਼ੁਰੂ ਕਰਦੇ ਆ ਆਪਣੀ ਕਲਾਸ ਸਾਰੇ ਸਟੂਡੈਂਟਸ ਨੂੰ ਜਿਵੇਂ ਮੈਂ ਕਹਿ ਚੁੱਕਿਆ ਟੌਪਿਕ ਦਾ ਨਾਮ ਦੇਖੀ ਆਪਾਂ ਕੀ ਹੈ ਇਟਸ ਕਾਲਡ ਅ ਸੈਲੀਸੈਲਿਕ ਐਸਿਡ ਚਾਹੇ ਤੁਹਾਨੂੰ ਇਹਦੇ ਬਾਰੇ ਪਤਾ ਹੈ ਚਾਹੇ ਤੁਹਾਨੂੰ ਇਹਦੇ ਬਾਰੇ ਨਹੀਂ ਪਤਾ ਟੈਨਸ਼ਨ ਨਾ ਲੋ ਕੁਐਸਚਨ ਪੇਪਰ ਦੇ ਵਿੱਚ ਕਿਵੇਂ ਆਉਣਗੇ ਲਾਈਕ ਆਪਣੇ ਕੋਲੇ ਜਿਹੜੇ ਕੁਐਸਚਨ ਨੇਗੇ ਉਹ ਹੈਗੇ ਆ 1 2 3 4 5 6 7 8 ਮਤਲਬ 8 ਕੁਐਸਚਨ ਨੇ ਤਾਂ ਅਪਰੋਕਸੀਮੇਟਲੀ ਪੇਪਰ ਦੇ ਬਣਗੇ ਟੂ ਬੈਂਡ ਦੋ ਬੈਂਡ ਬਣ ਗਏ ਸਤਿਆਜ ਤੇ ਦੋ ਬੈਂਡ ਦਾ ਮਤਲਬ ਹੈਗਾ ਜਿਹੜੇ ਮੇਰੇ ਕੋਲੇ ਆਪਸ਼ਨਸ ਨੇ ਨਾ ਟੋਟਲ ਉਹ ਆਪਸ਼ਨਸ ਮੇਰੇ ਕੋਲੇ ਹੈਗੇ ਆ ਅਪਰੋਕਸੀਮੇਟਲੀ 1 ਤੋਂ ਲੈ ਕੇ 11 ਮਤਲਬ 8 ਕੁਐਸਚਨ ਨੇ 11 ਆਪਸ਼ਨ ਨੇ ਤਾਂ ਡੈਫੀਨਿਟਲੀ ਜੇ 8 ਕੁਐਸਚਨ ਮੈਂ ਕੱਟ ਦੂੰਗਾ ਜਿਵੇਂ 1 ਕੱਟਤਾ 2 3 4 5 6 7 8 ਤਾਂ ਯਾਦ ਰੱਖਿਓ ਇਕ ਆ ਬਚ ਗਿਆ 2 3 ਲਾਸਟ ਤੇ ਕੋਈ ਵੀ ਤਿੰਨ ਆਪਸ਼ਨ ਨੇ ਜਿਹੜੇ ਉਹ ਐਕਸਟਰਾ ਪੈਂਡਿੰਗ ਰਹਿ ਜਾਣਗੇ ਟਾਈਮ ਨੂੰ 1 ਮਿੰਟ ਵੀ ਵੇਸਟ ਨਹੀਂ ਕਰਦੇ ਸਪੀਡ ਚ ਪੜਾਉਂਗਾ ਪਰ ਕਲਾਸ ਲਾ ਲਿਓ ਤਾਨੂੰ ਪਤਾ ਲੱਗ ਜਾਊ ਵੀ ਪੇਪਰ ਦੇ ਵਿੱਚ ਕੀ ਕਰਨਾ ਹੈਗਾ ਲਾਈਕ ਆਹ ਟਾਪਿਕ ਆ ਗਿਆ ਸ਼ੁਰੂ ਕਿਵੇਂ ਕਰਨਾ ਹੈਗਾ ਤਾਨੂੰ ਸ਼ੋ ਕਰਕੇ ਦਿਖਾਉਣਾ ਲਾਈਕ ਐਵੇਂ ਆ ਕਹਿੰਦਾ ਦ ਬੈਨੀਫਿਟਸ ਆਫ ਸੈਲਿਸੈਲਿਕ ਐਸਿਡ ਵਰ ਫਰਸਟ ਡਾਕੂਮੈਂਟਡ ਇਨ ਦਾ 5ਥ ਸੈਂਚਰੀ ਬੀਸੀ ਸਭ ਤੋਂ ਪਹਿਲਾਂ 5ਥ ਸੈਂਚਰੀ ਦੇ ਵਿੱਚ ਇਸ ਸੈਲਿਸੈਲਿਕ ਐਸਿਡ ਦੇ ਬੈਨੀਫਿਟ ਪਤਾ ਲੱਗੇ ਚਾਹੇ ਤੁਹਾਨੂੰ ਨਹੀਂ ਪਤਾ ਨਾ ਸੈਲਿਸੈਲਿਕ ਐਸਿਡ ਕੀ ਹੁੰਦਾ ਹੈ ਚਿੰਤਾ ਨਾ ਕਰੋ ਬਸ ਬੈਨੀਫਿਟ ਪਤਾ ਲੱਗੇ ਵੈਨ ਦਾ ਗ੍ਰੀਕ ਫਿਜ਼ੀਸ਼ੀਨ ਹਿਪੋਕ੍ਰੈਟਸ ਹਾਊ ਪਾਊਡਰ ਡਰਾਈਵਡ ਫਰਮ ਦਾ ਬਾਰਕ ਆਫ ਦਾ ਵਾਈਟ ਵਿਲੋ ਟਰੀ ਵਾਸ ਕੈਪेबल ਆਫ ਰਿਡਿਊਸਿੰਗ ਫੀਵਰਸ ਐਂਡ ਰਿਲੀਵਿੰਗ ਪੇਨ ਮਜ਼ਾ ਆ ਗਿਆ ਕਹਿੰਦਾ ਸਭ ਤੋਂ ਪਹਿਲਾਂ 5ਥ ਸੈਂਚਰੀ ਦੇ ਵਿੱਚ ਇਹ ਦੇ ਬੈਨੀਫਿਟ ਇਹਨੂੰ ਪਤਾ ਲੱਗਦੇ ਨੇ ਇੱਕ ਫਿਜ਼ੀਸ਼ੀਅਨ ਹੈਗਾ ਇੱਕ ਡਾਕਟਰ ਹੈਗਾ ਉਹਦਾ ਨਾਮ ਹੈ ਹਿਪੋਕ੍ਰੇਟ ਸੀਗਾ ਉਹਨੂੰ ਪਤਾ ਲੱਗੇ ਕਿ ਜਿਵੇਂ ਪਾਊਡਰ ਨਹੀਂ ਹੁੰਦਾ ਕਾਦਾ ਬਾਰਕ ਹੁੰਦਾ ਜਿਹੜਾ ਦਰਖਤ ਦਾ ਛਿੱਲੜ ਹੁੰਦਾ ਹੈਗਾ ਠੀਕ ਹੈ ਇੱਕ ਦਰਖਤ ਦੇ ਛਿੱਲੜ ਦਾ ਪਾਊਡਰ ਬਣਾਇਆ ਤੇ ਉਹ ਪਾਊਡਰ ਪਤੇ ਕੀ ਕਰਦਾ ਸੀ ਇੱਕ ਤਾਂ ਬੁਖਾਰ ਨੂੰ ਉਤਾਰਦਾ ਨਾ ਸੀਗਾ ਤੇ ਇੱਕ ਜੇ ਕੋਈ ਦਰਦ ਹੁੰਦਾ ਸੀ ਉਹਨੂੰ ਠੀਕ ਕਰਦਾ ਨਾ ਸੀਗਾ ਹੁਣ ਮੰਨ ਲਓ ਮੈਨੇ ਆ ਸੈਲਿਕਸ ਐਪਲਾ ਪਤਾ ਨਹੀਂ ਵਾਟਵਰ ਮੈਂ ਨਹੀਂ ਪੜਿਆ ਕੋਈ ਜ਼ਰੂਰੀ ਨਹੀਂ ਹੈਗਾ ਕਿ ਮੈਂ ਇੱਕ ਇੱਕ ਸ਼ਬਦ ਤੇ ਗੌਰ ਕਰਾਂ can surviving evidence suggest that early civilization across the middle east and the north america also use the willow bark for these purpose ਇਹਨਾਂ ਨੇ ਮਤਲਬ ਆਪਾਂ ਨੂੰ ਜਿਆਦਾ ਲੈਂਥ ਬਣਾਉਣ ਦੇ ਲਈ پتہ ਕੀ ਕਰਤਾ ਵੀ ਮਿਡਲ ਈਸਟ ਵਾਲਿਆਂ ਨੇ ਵੀ ਨਾਰਥ ਅਮਰੀਕਾ ਵਾਲਿਆਂ ਨੇ ਵੀ ਇਹਨੂੰ ਯੂਜ਼ ਕਰਿਆ ਇਟ ਵਾਸ ਨਾਟ ਅੰਟਿਲ 1826 1826 ਤੱਕ ਕੀ ਹੁੰਦਾ ਹੈਗਾ ਹਾਊਐਵਰ ਦੈਟ ਦਾ ਐਕਟਿਵ ਕੰਪੋਨੈਂਟ ਆਫ ਵਿਲੋ ਬਾਰਕ ਵਾਸ ਫਾਈਨਲੀ ਡਿਸਟਿਲਡ ਐਂਡ 기ਵਨ ਦਾ ਨੇਮ ਸੈਲਿਕਿਨ ਜੋ ਵੀ ਹੈ ਇਹਨਾਂ ਨੇ ਕੀ ਕੀਤਾ ਸਭ ਤੋਂ ਪਹਿਲਾਂ ਇੱਕ ਬਾਰਕ ਸੀਗਾ ਉਹਦਾ ਪਾਊਡਰ ਸੀਗਾ ਉਹ ਬੁਖਾਰ ਠੀਕ ਕਰਦਾ ਸੀਗਾ ਦਰਦ ਠੀਕ ਕਰਦਾ ਸੀ ਫਿਰ ਇਹਨਾਂ ਨੇ ਕੀ ਕੀਤਾ ਉਸ ਤੋਂ ਬਾਅਦ ਚੋ 1826 ਤੋਂ ਬਾਅਦ ਉਹਦਾ ਨਾਮ ਹੈ ਜਿਹੜਾ ਸੈਲਿਸਨ ਜੋ ਵੀ ਸੈਲਿਕਨ ਆ ਰੱਖਤਾ ਕਿਨੇ ਰੱਖਿਆ ਜான் ਐਂਡਰਸ ਵਚਨਰ ਨੇ ਤੇ ਜਰਮਨ ਦਾ ਫਾਰਮਕੋਲੋজিস্ট ਸੀਗਾ ਐਂਡ ਫਿਰ ਕਿਉਂਦਾ ਐਟ ਦਾ ਯੂਨੀਵਰਸਿਟੀ ਆਫ ਮਨਚਰ ਫੂ ਯੀਅਰ ਲੇਟਰ ਕਿਉਂ ਜਿਹੜਾ ਪ੍ਰੋਸੈਸ ਹੈ ਨਾ ਆਈਸੋਲੇਸ਼ਨ ਦਾ ਪਰਫੈਕਟਡ ਤੇ ਇਟਾਲੀਅਨ ਕੇਮਿਸਟਿਕ ਰੈਫਲੇ ਪ੍ਰੀਆ ਕੰਪਲੀਟਡ ਦਾ ਡਿਵੈਲਪਮੈਂਟ ਆਫ ਸੈਲਿਸੈਲਿਕ ਐਸਿਡ ਥਰੂ ਦਾ ਕੈਮੀਕਲ ਕਨਵਰਜਨ ਬਾਅਦ ਚ ਉਹਨੂੰ ਕੈਮੀਕਲ ਕਨਵਰਜਨ ਚ ਬਣਾਇਆ ਗਿਆ ਬਾਏ ਦਾ ਐਂਡ ਆਫ ਦਾ 19th ਸੈਂਚਰੀ ਕੀ ਹੁੰਦਾ ਜਰਮਨ ਕੰਪਨੀ ਆਉਂਦੀ ਹੈ ਕਿ ਉਹ ਸਕਸੈਸਫੁਲੀ ਮਾਰਕੀਟ ਕਰਦੀ ਹੈ ਤੇ ਇਸ ਡਰੱਗ ਨੂੰ ਟੈਬਲੇਟ ਦਾ ਰੂਪ ਧਾਰਨ ਕਰਦੀ ਹੈ ਤੇ ਐਸਪਰਿਨ ਦਾ ਟ੍ਰੇਡ ਮਾਰਕ ਦੇ ਰੰਦੀ ਹੈ ਹੁਣ ਤੁਸੀਂ ਇੱਧਰ ਆਓ ਮੇਰੇ ਕੋਲ ਗੱਲ ਸੁਣੋ ਸਾਰੇ ਬੱਚਿਆਂ ਨੂੰ ਇੱਕ ਗੱਲ ਪਤਾ ਲੱਗੀ ਹੋਣੀ ਮੈਂ ਪੂਰੇ ਪੈਰਾਗ੍ਰਾਫ ਦੇ ਵਿੱਚ ਇੱਕ ਚੀਜ਼ ਪੜ੍ਹ ਕੇ ਆਇਆ ਕਿ ਇੱਕ ਦਰਖਤ ਉਹਦਾ ਛਿੱਲੜ ਲੈ ਲਿਆ ਉਹਦਾ ਪਾਊਡਰ ਬਣਾ ਲਿਆ ਬਿਮਾਰ ਹੁੰਦਾ ਬੰਦਾ ਜਾਂ ਦਰਦ ਹੁੰਦਾ ਉਹ ਠੀਕ ਹੋ ਗਿਆ ਉਸ ਤੋਂ ਕੁਝ ਟਾਈਮ ਬਾਅਦ 1826 ਨੂੰ ਕੀ ਹੁੰਦਾ ਹੈਗਾ ਇਹਨੂੰ ਇੱਕ ਕੀ ਕੀਤਾ ਗਿਆ ਇਹਦਾ ਇੱਕ ਨਾਮ ਚੇਂਜ ਕਰਕੇ ਰੱਖਿਆ ਗਿਆ ਸੈਲਿਸਿਨ ਜੋ ਵੀ ਸੈਲਿਕਿਨ ਤੇਰੀ ਪਨਨਸੀਏਸ਼ਨ ਤੇ ਮੈਟਰ ਨਹੀਂ ਕਰਦਾ ਹੈਗਾ ਚਲੋ ਇਹ ਵੀ ਹੋ ਗਿਆ ਉਸ ਤੋਂ ਬਾਅਦ ਇਹਨੂੰ ਕੈਮੀਕਲ ਕਨਵਰਜਨ ਚ ਲਿਆਤਾ ਗਿਆ ਉਸ ਤੋਂ ਬਾਅਦ ਇਹਨੂੰ ਟੈਬਲੇਟ ਦੇ ਰੂਪ ਚ ਲਿਆਤਾ ਗਿਆ ਮਤਲਬ ਕੀ ਹੋ ਗਿਆ ਕਿ ਕਿਵੇਂ 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 ਉੱਚ ਬਦਲਾਅ ਆਇਆ ਦੈਟਸ ਇਟ ਸ਼ੁਰੂ ਕਰਕੇ ਦੇਖੀਏ ਕੀ ਕਹਿਣਾ ਚਾਹੁੰਦੇ ਆਂਗੇ ਅਨਸਰ ਨੂੰ ਲਾਉਣ ਦੇ ਲਈ ਤੁਸੀਂ ਨਾ ਅਨਸਰ ਕਦੇ ਵੀ ਐਵੇਂ ਨਹੀਂ ਲੱਭਣਾ ਮੇਰਾ ਅਨਸਰ ਕਿਹੜਾ ਹੈ ਤੁਸੀਂ ਪਤਾ ਕੀ ਕਰੋਗੇ ਲਾਈਕ ਅਵੇਲੇਬਿਲਟੀ ਟੂ ਦਾ ਪਬਲਿਕ ਬਿਲਕੁਲ ਵੀ ਟਾਪਿਕ ਨਹੀਂ ਕਰਿਆ ਇਹਦੀ ਗੱਲ ਹੀ ਨਹੀਂ ਕਰੀ ਨਹੀਂ ਆਇਆ ਯੂਜ਼ਡ ਐਜ਼ ਅ ਡਾਈਜੈਸਟਿਵੇਟ ਬਿਲਕੁਲ ਵੀ ਨਹੀਂ ਰਿਸਕ ਆਫ ਐਪਲੀਕੇਸ਼ਨ ਟੂ ਦਾ ਸਕਿਨ ਬਿਲਕੁਲ ਵੀ ਨਹੀਂ ਐਡੀਬਲ ਸੋਰਸਸ ਆਫ ਸੈਲਿਸਿਲਿਕ ਐਸਿਡ ਬਿਲਕੁਲ ਵੀ ਨਹੀਂ ਐਡੀਬਲ ਤਾਂ ਖਾਣ ਵਾਲਾ ਹੁੰਦਾ ਠੀਕ ਹੈ अर्ਲੀ ਪੋਪੂਲਾਰਿਟੀ ਯੂਰਪ ਚ ਬਿਲਕੁਲ ਵੀ ਨਹੀਂ ਅਨਵਾਂਟਡ ਕੋਈ ਸਾਈਡ ਇਫੈਕਟ ਨੂੰ ਸਵੈਲੋ ਹੁੰਦਾ ਨਿਗਲਣਾ ਕੋਈ ਵੀ ਨਹੀਂ ਰੈਮੇਡੀ ਸਿਕ ਚਿਲड्रन ਲਈ ਕੋਈ ਵੀ ਨਹੀਂ ਬੈਨੀਫਿਟ ਪlant life ਲਈ ਕੋਈ ਵੀ ਨਹੀਂ ਐਕਸਟਰਨਲੀ ਯੂਜ਼ ਐਕਸਟਰਨਲ ਦੇ ਬਾਰੀ ਯੂਜ਼ ਕੋਈ ਵੀ ਨਹੀਂ ਕਰਿਆ ਐਪਰੋਪਰੀਏਟ ਤੇ ਇਨਐਪਰੋਪਰੀਏਟ ਲੌਂਗ ਟਰਮ ਯੂਜ਼ਸ ਕੋਈ ਵੀ ਨਹੀਂ ਕਰਿਆ ਸਾਰੇ ਆਪਸ਼ਨ ਕੱਟ ਕੇ ਇੱਕ ਕੁਐਸਚਨ ਰਹਿ ਗਿਆ ਜਿਹਦੇ ਵਿੱਚ ਮੇਰੇ ਦਿਮਾਗ 'ਚ ਘੰਟੇ ਵੱਜਣੀ ਚਾਹੀਦੀ ਹੈ ਉਹ ਕੀ ਕਹਿਣਾ ਚਾਹੁੰਦਾ ਹੈ ਕਿ ਡਿਸਕਵਰੀ ਤੇ ਡਿਵੈਲਪਮੈਂਟ ਯਾਦ ਰੱਖੋ ਮੇਰੇ ਬੱਚੇ ਡਿਸਕਵਰੀ ਕਿਹੜੀ ਸੀ ਉਹ 5th ਸੈਂਚਰੀ 'ਚ ਆ ਡਵੈਲਪਮੈਂਟ ਕੀ ਸੀਗਾ ਵੀ ਪਹਿਲਾਂ ਉਹ ਪਾਊਡਰ ਤੋਂ ਫਿਰ ਉਹਨੂੰ ਕੀ ਕੈਮੀਕਲ ਸੈਲਿਸਿਨ ਜੋ ਵੀ ਟੈਬਲੇਟ ਉਹ ਸਾਰਿਆਂ ਦੇ ਡਵੈਲਪਮੈਂਟ ਸੀ ਐਕੂਰੇਟ ਆਂਸਰ ਹੈ ਜਿਹੜਾ 7th ਹੈ ਤੇ ਪੇਪਰ ਦੇ ਵਿੱਚ 7th ਆਂਸਰ ਲਾਉਣ ਦਾ ਤਰੀਕਾ ਐਵੇਂ ਹੈ ਬਾਸ ਇਹ ਵਾਲੇ ਬੱਚਿਆਂ ਦਾ ਪੇਪਰ ਕਲੀਅਰ ਹੋਗਾ ਜੇ ਕਿਸੇ ਬੱਚੇ ਨੇ ਬਾਈ ਮਿਸਟੇਕ ਐਵੇਂ ਪਾਤਾ 7th ਉਹ ਗਲਤ ਹੈ ਜੇ ਕਿਸ ਨੇ ਐਵੇਂ ਪਾਤਾ 7th ਉਹ ਗਲਤ ਹੈ ਕਿਉਂਕਿ they just need only roman that's it ਪਹਿਲਾ ਕੁਐਸ਼ਚਨ ਕਲੀਅਰ ਹੋ ਗਿਆ ਇਹ ਤੋਂ ਬਾਅਦ ਕੁਝ ਨਹੀਂ ਹੈਗਾ that's it ਕਵੈਸਚਨ ਨੰਬਰ B ਦੇਖ ਰਹੇ ਆ ਕੀ ਇਹ ਤੇ ਐਵੇਂ ਹੀ ਬਸ ਤੁਸੀਂ ਪੇਪਰ ਦੇ ਵਿੱਚ ਪੜਨੇ ਤੇ ਕਿਸੇ ਦੇ ਪਿੱਛੇ ਐਵੇਂ ਨਾ ਲੱਗ ਜਿਓ ਵੀ ਦੋ ਲਾਈਨਾਂ ਉੱਪਰ ਦੀਆਂ ਪੜ ਲਈਆਂ ਦੋ ਲਾਈਨਾਂ ਨੀਚੇ ਦੀਆਂ ਪੜ ਲਈਆਂ ਪ੍ਰਧਾਨ ਪੇਪਰ ਕਲੀਅਰ ਨਹੀਂ ਹੋ ਸਕਦਾ ਕਦੇ ਵੀ ਦਿਮਾਗ 'ਚ ਰੱਖ ਲਿਓ ਖੁਸ਼ ਰਹੋ IELTS ਕੋਈ ਔਖਾ ਨਹੀਂ ਹੈਗਾ ਇਹਨੂੰ ਪੜਾਉਣ ਦਾ ਤਰੀਕਾ ਹੈਗਾ ਤੇ ਤੁਹਾਡੇ ਸਾਹਮਣੇ ਲੱਗ ਰਿਹਾ ਮੈਂ ਕਰਨਾ ਕੋਈ ਸ਼ਬਦ ਦੀ ਵੋਕੇਬਲਰੀ ਯਰ ਪਨਨਸੀਏਸ਼ਨ ਬਹੁਤ ਸ਼ਬਦ ਇਹਦੇ 'ਚ ਐਵੇਂ ਦੇ ਆਉਣਗੇ ਜਿਹੜੇ ਮੈਨੂੰ ਵੀ ਨਹੀਂ ਆਉਂਦੇ ਹੋਣਗੇ ਫਿਰ ਕੀ ਹੋ ਗਿਆ ਰੀਡਿੰਗ 'ਚ ਤੁਹਾਡੀ ਸਪੀਕਿੰਗ ਕਿਉਂ ਜਜ ਕਰਨੀ ਹੈ ਪਨਨਸੀਏਸ਼ਨ ਮੈਟਰ ਨਹੀਂ ਕਰੂਗੀ ਠ ਆਲ ਦੋ ਭਾਵੇਂ ਸੈਲਿਸੈਲਿਕ ਜਿਹੜਾ ਐਸਿਡ ਹੈ ਨਾ ਉਹ ਕੀ ਹੈ ਇਜ਼ ਸਟਿਲ ਯੂਜ਼ਡ ਮੋਸਟ ਵਾਈਡਲੀ ਇਨ ਓਵਰ ਦਾ ਕਾਊਂਟਰ ਪੇਨ ਕਿਲਰ ਟੈਬਲੇਟ ਉਹ ਬੜੀ ਪੇਨ ਕਿਲਰ ਟੈਬਲੇਟ ਦੇ ਤੌਰ ਤੇ ਬੜਾ ਯੂਜ਼ ਹੋ ਰਿਹਾਗਾ ਓਵਰ ਦਾ ਇਅਰਸ ਇਟਸ ਐਪਲੀਕੇਸ਼ਨ ਹੈਵ ਬ੍ਰੋਡਨਡ ਕਨਸੀਡਰੇਬਲੀ ਬੜੇ ਲੰਬੇ ਟਾਈਮ ਤੱਕ ਇਹਨੂੰ ਇੱਕ ਜਿਹੜੀ ਉੱਪਰ ਟੈਬਲੇਟ ਬਣਾਈ ਸੀ ਨਾ ਲੋਕ ਪੇਨ ਕਿਲਰ ਦੇ ਤੌਰ ਤੇ ਇਹਨੂੰ ਲੈਣ ਲੱਗੇ ਇਨ ਦਾ ਫੀਲਡ ਆਫ ਡਰਮਟੋਲੋਜੀ ਮੈਂ ਦੱਸਦਾ ਨਾ ਡਰਮਟੋਲੋਜੀ ਹੁੰਦੇ ਨੇ ਜਿਹੜੇ ਸਕਿਨ ਕੇਅਰ ਸਕਿਨ ਦੇ ਡਾਕਟਰ ਹੁੰਦੇ ਨੇ ਉਹਨਾਂ ਨੂੰ ਡਰਮਟੋਲੋজিস্ট ਹੁੰਦੇ ਨੇ ਤਾਂ ਕਹਿੰਦਾ ਜੇ ਡਰਮਟੋਲੋਜੀ ਦੀ ਗੱਲ ਕਰਦੇ ਆ ਫੋਰ ਇਨਸਟੈਂਸ ਜਿਹੜਾ ਸੈਲੀਸੈਲਿਕ ਐਸਿਡ ਹੈ ਨਾ ਉਹ ਇਨ ਦਾ ਫਾਰਮ ਆਫ ਅ ਸਕਿਨ ਕਰੀਮ ਹੈ ਜਿਹੜੀ ਲਾਊਡਡ ਫਾਰ ਇਟਸ ਅ ਫੰਕਸ਼ਨ ਐਜ਼ ਅ ਐਕਸਪਲੋਰੇਟਰ ਬ੍ਰਾਈਟਨਿੰਗ ਤੇ ਐਨਹਾਂਸਿੰਗ ਦਾ ਕੰਪਲੈਕਸ਼ਨ ਬੰਦੇ ਨੂੰ ਗੋਰਾ ਕਰ ਦਿੰਦੀ ਹੈ ਚਿੱਟਾ ਕਰ ਦਿੰਦੀ ਹੈ ਹੈਨਾ ਬੜੀਆਂ ਸਾਰੀਆਂ ਸਕਿਨ ਦੀਆਂ ਪ੍ਰੋਬਲਮਸ ਦੂਰ ਕਰ ਦਿੰਦੀ ਹੈ ਉਹ ਇੱਕ ਕਰੀਮ ਤਿਆਰ ਕਰਤੀ ਉਹਨਾਂ ਨੇ ਓਕੇ because it's a soft and a dissolve keratin a kind of a glue in the skinner structure salicylic acid is able to treat many conditions in which the skin has suffered from an excessive accumulation or clogging the skin cells j skin de vich jivein ja cell ne damage hoye hunde ne a cream laake sab kuch theek hoye hunda hai de. these condition include acne ya ja, dermatite ya ja, processes ab patani kehdi kehdi bimariyan ne mainu da apni hundiyan faran paddniya chakkar koi nahi hai ga tanu eh matter nahi karda vi tusi kalle kalle cheez te karo bas tanu eh pata lagge ki cream de roop cheh nu no, banaya gaya ਸਕਿਨ ਦੇ ਉੱਤੇ ਨੂੰ ਲਾਇਆ ਗਿਆ ਤੇ ਸਕਿਨ ਦੀਆਂ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਜਿਵੇਂ ਜਾਂ ਕੰਪਲੈਕਸ਼ਨ ਨੂੰ ਲੈ ਕੇ ਬ੍ਰਾਈਟ ਨੂੰ ਲੈ ਕੇ ਉਹ ਠੀਕ ਕਰੀਏ ਕਿ ਸਕਿਨ ਸੈੱਲ ਠੀਕ ਕਰੇ ਗਏ ਜਾਂ ਇਹਦੇ ਬੈਨੀਫਿਟ ਸੈਲਿਸੈਲਿਕ ਦੇ ਕੀ ਨੇ ਇਹ ਐਂਟੀ ਇਨਫਲਮੇਟਰੀ ਹੈ ਪ੍ਰੋਪਰਟੀ ਇਹਦੇ ਚ ਐਜ਼ ਅ ਰਿਜ਼ਲਟ ਕੀ ਹੁੰਦਾ ਹੈ ਇਹ ਸੂਧ ਟਰਬਲਡ ਸਕਿਨ ਜੇ ਕੋਈ ਸਕਿਨ ਖਰਾਬ ਹੁੰਦੀ ਉਹਨੂੰ ਠੀਕ ਕਰ ਦਿੰਦਾ ਹੈ ਦੈਟਸ ਇਟ ਬਸ ਅਨਸਰ ਲਾਉਣ ਦੇ ਲਈ ਆ ਲੋ ਤੇ ਆਲਰੇਡੀ ਤੁਸੀਂ ਕੀ ਕਰਨੇਗਾ ਜਿਹੜਾ ਅਨਸਰ ਆਲਰੇਡੀ ਹੋ ਗਿਆ ਉਹਨੂੰ ਕੱਟਦਾ ਤੁਸੀਂ ਸੋਚ ਕੇ ਦੇਖਿਓ ਜਦ ਤੱਕ ਮੈਂ ਨਹੀਂ ਲਾਉਂਦਾ ਤੱਕ ਤੁਸੀਂ ਲਾ ਸਕਦੇ ਹੋ ਅਨਸਰ ਨੂੰ ਮ ਜੇ ਤੁਹਾਨੂੰ ਆਨਸਰ ਲੱਭਿਆ ਹੋਇਆ ਨਾ ਮੈਨੂੰ ਕਮੈਂਟ ਚ ਜ਼ਰੂਰ ਦੱਸਿਓ ਮੈਂ ਦੇਖੂਗਾ ਵੀ ਕਿਨੇ ਕਿਨੇ ਲੱਭਿਆ ਸੀਗਾ ਆਨਸਰ ਕੀ ਹੈ ਦਾ ਯੂਜ਼ ਅਵੇਲੇਬਿਲਟੀ ਟੂ ਦਾ ਪਬਲਿਕ ਨਹੀਂ ਹੈਗਾ ਯੂਜ਼ ਐਜ਼ ਅ ਡਾਈਜੈਸਟਿਵ ਏਡ ਬਿਲਕੁਲ ਵੀ ਨਹੀਂ ਹੈਗਾ ਰਿਸਕ ਆਫ ਐਪਲੀਕੇਸ਼ਨ ਟੂ ਸਕਿਨ ਉਹਨੇ ਰਿਸਕ ਨਹੀਂ ਦੱਸੇ ਉਹਨਾਂ ਤਾਂ ਸਗੋਂ ਫਾਇਦੇ ਦੱਸੇ ਨੇ ਵੀ ਤਾਂ ਗੋਰਾ ਕਰ ਦੂਗਾ ਸਾਰਾ ਕੁਝ ਕਰ ਦੂ ਐਡੀਬਲ ਖਾਣ ਦੀ ਗੱਲ ਵੀ ਨਹੀਂ ਯੂਰਪ ਚ ਵੀ ਗੱਲ ਨਹੀਂ ਕੋਈ ਅਨਵਾਂਟਡ ਸਾਈਡ ਇਫੈਕਟ ਤਾਂ ਦੱਸੇ ਹੀ ਨਹੀਂ ਹੈਗੇ ਉਹਦੇ ਐਪਰੋਪਰੀਟ ਤੇ ਇਨਐਪਰੋਪਰੀਟ ਲੌਂਗ ਟਰਮ ਯੂਜ਼ ਵੀ ਨਹੀਂ ਦੱਸੇ ਰੈਮਡੀ ਸਿਕ ਚਿਲड्रन ਨੂੰ ਵੀ ਨਹੀਂ ਦੱਸੇ ਤੇ 9th ਕੀ ਕਹਿਣਾ ਚਾਹੁੰਦੇ ਬਟੇ ਕਿ ਐਕਸਟਰਨਲ ਯੂਸਸ ਆਫ ਸੈਲਿਸੈਲਿਕ ਐਸਿਡ ਐਕਸਟਰਨਲ ਕਿਹੜੇ ਹੁੰਦੇ ਨੇ ਜਿਹੜੇ ਬਾਹਰੀ ਯੂਜ਼ ਮਤਲਬ ਤੁਹਾਨੂੰ ਮੈਂ ਦੱਸਦਾ ਆ ਲੋ ਬਾਹਰੀ ਯੂਜ਼ ਦਾ ਸੈਂਸ ਦੇਖੋ ਆਪਾਂ ਪੂਰੇ ਪੈਰੇ ਚ ਕੀ ਪੜ੍ਹ ਰਹੇ ਸੀਗੇ ਕਿ ਡਰਮਟੋਲੋਜੀ ਤੇ ਆ ਗਿਆ ਸਕਿਨ ਨੂੰ ਕੀ ਕਰਦਾ ਸਕਿਨ ਦੇ ਉੱਤੇ ਕਰੀਮ ਯਾਰ ਕਰੀਮ ਅਸੀਂ ਉੱਪਰ ਲਾਉਂਦੇ ਆ ਖਾਣੇ ਥੋੜੀਆਂ ਥੋੜੀਆਂ ਚਮਚਾ ਭਰ ਕੇ ਕਰੀਮ ਖਾ ਲਈ ਫੇਰਨ ਲਵਲੀ ਤਾਂ ਰੌਲਾ ਕੀ ਹੈਗਾ ਵੀ ਜਿਹੜੇ ਜਿਹੜੇ ਸੱਜਣ ਮਿੱਤਰ ਨੇ ਉਹ ਕਰੀਮ ਨੂੰ ਲਾਉਂਦੇ ਨੇ ਉਹਨਾਂ ਦੇ ਸੈਲਜ਼ ਜਿਹੜੇ ਕਲੋਗਿੰਗ ਸੈਲਜ਼ ਨੇ ਉਹਨੂੰ ਵੀ ਠੀਕ ਕਰਦੀ ਹੈ ਇਹ ਕਰੀਮ ਬ੍ਰਾਈਟ ਨਹੀਂ ਵੀ ਕਰਦੀ ਹੈ ਕੰਪਲੈਕਸ਼ਨ ਵੀ ਕਰਦੀ ਹੈ ਸਾਰੇ ਫਾਇਦੇ ਸੀਗੇ ਤਾਂ ਐਕਸਟਰਨਲੀ ਯੂਜ਼ ਹੋਗਾ ਐਕਸਟਰਨਲ ਹੁੰਦਾ ਜਿਹੜਾ ਬਾਹਰੀ ਯੂਜ਼ ਤੇ ਇੰਟਰਨਲ ਹੁੰਦਾ ਅੰਦਰਲਾ ਤਾਂ ਐਕੂਰੇਟ ਜਿਹੜਾ ਆਨਸਰ ਹੈਗਾ ਉਹ ਆਪਣਾ ਆ ਗਿਆ 9th 9th ਕਿਵੇਂ ਆ ਗਿਆ ਹਲੋ ਤੁਹਾਨੂੰ ਮੈਂ ਸ਼ੋ ਕਰਦਾ ਨਾ ਕਿਉਂਕਿ ਐਕਸਟਰਨਲ ਯੂਜ਼ ਦਸਿਸ ਇਨ ਸੈਲਿਸਿਲਿਕ ਐਸਿਡ ਦੇ ਹੁਣ ਇਹ ਕਰੀਮ ਦੀ ਫਾਰਮ ਚ ਬਣਾ ਲਿਆ ਸੀਗਾ ਤੇ ਇਹਦੇ ਐਕਸਟਰਨਲ ਯੂਜ਼ ਸੀ ਤੇ ਹੁਣ ਆਨਸਰ ਲਾਉਣ ਦੇ ਲਈ ਪ੍ਰਧਾਨ ਜੀ 1 x the 1 m 9m ਨਾ ਪਾਲੀਨ 7m ਨਾ ਪਾਲੀਓ ਬਾਹਰ ਕੱਢ ਦਣਗੇ ਤੁਹਾਨੂੰ ਦੈਟਸ ਇਟ 3rd ਕੁਐਸਚਨ ਮੈਂ ਖਿੱਚ ਕੇ ਥੋੜਾ ਤਾਂ ਪੜਾ ਰਿਹਾ ਕੋਈ ਤੁਹਾਡੇ ਨਾਲ ਫਾਲਤੂ ਟਾਕ ਜ਼ਿਆਦਾ ਨਹੀਂ ਕਰ ਰਿਹਾ ਵੀ ਤੁਹਾਨੂੰ ਛੇਤੀ ਸਮਝ ਆ ਜਾਏ ਇੰਟਰਨੈਟ ਥੱਜਾ ਖਰਾਬ ਨਾ ਹੋਵੇ ਬਸ ਕਿਤੇ ਕਰ ਲਿਓ ਵੀਡੀਓ ਕਾਲ ਆਪਣੇ ਸਾਜਣ ਮਿੱਤਰ ਨੂੰ ਠੀਕ ਹੈ ਮੈਂ ਨਾ ਟੈਮ ਨਹੀਂ ਲੈਂਦਾ ਪਰ ਜਿੰਨਾ ਕਿ ਪੜਾਉਂਗਾ ਨਾ ਪੇਪਰ ਦੇ ਵਿੱਚ ਐਵੇਂ ਕਰਕੇ ਆਈਓ ਤਾਨੂੰ ਪਤਾ ਲੱਗ ਜੂ ਵੀ ਰਮਨ ਕਿੜੀਆਂ ਕਿੜੀਆਂ ਚੀਜ਼ਾਂ ਸਿਖਾ ਰਿਹਾ ਹੈਗਾ ਕਹਿੰਦਾ ਆਲਦੋ ਇਟ ਹੈਜ਼ ਅ ਰੈਪਿਊਟੇਸ਼ਨ ਐਜ਼ ਅ ਜੈਂਟਲ ਕੈਮੀਕਲ ਕੰਪੇਅਰਡ ਟੂ ਹਾਰਸ਼ਰ ਅਲਟਰਨੇਟਿਵ ਇਨ ਹਾਇਰ ਕਨਸੈਂਟ੍ਰੇਸ਼ਨ ਸੈਲਿਸਿਲਿਕ ਐਸਿਡ ਕਰੀਮਸ ਕੈਨ ਪ੍ਰੂਵ ਹਾਰਮਫੁਲ ਐਂਡ ਵੈਰੀ ਓਕੇਸ਼ਨਲੀ ਈਵਨ ਫੈਟਲ ਕਦੇ ਕਦੇ ਜਿਹੜੀ ਆ ਕਰੀਮ ਹੈ ਕਹਿੰਦਾ ਉਹ ਕੀ ਕਰਦੀ ਹੈ ਉਹ ਹਾਰਮਫੁਲ ਵੀ ਹੋ ਜਾਂਦੀ ਹੈ ਹੁਣ ਸਾਈਡ ਇਫੈਕਟਾਂ ਦੀ ਗੱਲ ਕਰ ਰਹੇ ਹਾਂ ਨਾ ਇਹ ਹਾਰਮਫੁਲ ਵੀ ਹੋ ਜਾਂਦੀ ਹੈ ਤੇ ਇਹ ਕਦੇ-ਕਦੇ ਤਾਂ ਇਹ ਮੌਤ ਤੱਕ ਵੀ ਗੱਲਾਂ ਪਹੁੰਚ ਜਾਂਦੀਆਂ ਨੇ ਗਿਆ ਹਾਈਲੀ ਕਨਸੈਂਟ੍ਰੇਟਿਡ ਸੈਲਿਸਿਲਿਕ ਐਸਿਡ ਪਾਰਟਿਕੁਲਰਲੀ ਕਨਸੈਂਟ੍ਰੇਸ਼ਨਸ ਯੂਜ਼ਡ ਫॉर ਵਾਟ ਇਨ a ਵਾਟ ਜਿਵੇਂ ਮੌਕਾ ਕੋਰਨੀੜੀਆਂ ਪੋਰੀਆਂ ਨਹੀਂ ਹੁੰਦੇ ਕਿਹਦੇ-ਕਿਹਦੇ ਪੈਰਾਂ 'ਚ ਪੋਰੀਆਂ ਪਈਆਂ ਨੇ ਨਾ ਤੁਹਾਨੂੰ ਪਤਾ ਹੋਊਗਾ ਉਹ ਪੈਰਾਂ 'ਚ ਉਹ ਕੇਪੀਜੀ ਲਾ ਕੇ ਕੱਢਦੇ ਹੁੰਦੇ ਸੀ ਹੈ ਨਾ ਕਿਹਦੇ-ਕਿਹਦੇ ਪੈਰਾਂ 'ਚ ਨੇ ਮੈਨੂੰ ਕਮੈਂਟ ਜ਼ਰੂਰ ਕਰਕੇ ਦੱਸਿਓ ਮੈਂ ਦੇਖਾਂ ਮੇਰੇ ਤਾਂ ਬਹੁਤ ਪੁਰ ਪਈਆਂ ਸੀ ਠੀਕ ਹੈ ਦ ਕੈਲਸ ਰਿ ਅਪਲਾਈਡ ਟੂ ਸਕਿਨ ਫਾਰ ਅ ਲੌਂਗ ਪੀਰੀਅਡ ਆਫ ਟਾਈਮ ਜੇ ਲੰਬੇ ਟਾਈਮ ਇਹਨੂੰ ਆਪਾਂ ਇਥੇ ਅਪਲਾਈ ਕਰਕੇ ਰੱਖਾਂਗੇ ਨਾ ਤਾਂ ਉਹ ਕੰਮ ਖਰਾਬ ਵੀ ਕਰ ਸਕਦਾ ਹੈਗਾ ਹਾਈਪਰ ਜਿਹੜੀ ਪਿਗਮੈਂਟੇਸ਼ਨ ਹੈ ਜਾਂ ਬਲੋਚੀ ਡਿਸਕਲਰੇਸ਼ਨ ਹੈ ਜਾਂ ਸਕਿਨ ਟੋਨ ਹੈ ਮੇ ਆਲਸੋ ਰਿਜ਼ਲਟ ਇਨ ਯੂਜ਼ਰਸ ਹੂ ਹੈਵ ਅ ਡਾਰਕਰ ਸਕਿਨ ਐਂਡ ਦੋਜ਼ ਹੂ ਫੋਲੋ ਐਪਲੀਕੇਸ਼ਨ ਵਿਦ ਐਕਸੈਸਿਵ ਐਕਸਪੋਜ਼ਰ ਟੂ ਅਲਟਰਾ ਵਾਇਲਟ ਲਾਈਟ ਜਿਹੜੇ ਬੰਦੇ ਜ਼ਿਆਦਾ ਟਾਈਮ ਧੁੱਪ ਦੇ ਵਿੱਚ ਰਹਿੰਦੇ ਨੇਗੇ ਤਾਂ ਇਹ ਉਹਨਾਂ ਦੇ ਲਈ ਇੱਕ ਬੁਰਾ ਵੀ ਸਾਬਤ ਹੁੰਦਾ ਹੈਗਾ ਕਿਉਂਕਿ ਇਹਨੂੰ ਲੋਕ ਵਰਤਦੇ ਤਾਂ ਆਪਣੇ ਫਾਇਦੇ ਲਈ ਨੇ ਪਰ ਇਹਦੇ ਨੁਕਸਾਨ ਬਹੁਤ ਨੇ ਸਕਿਨ ਦੇ ਉੱਤੇ ਜਿਵੇਂ ਆਪੇ ਪਿਗਮੈਂਟੇਸ਼ਨ ਕਰਦਾ ਰਿਹਾ ਤਾਂ ਬੇਪਾਰਾਂ ਦੀ ਹੈ ਜਾਂ ਹਨਾ ਬਲੌਚੀ ਡਿਸਕਲਰੇਸ਼ਨ ਅਲੱਗ-ਅਲੱਗ ਕਲਰ ਬਲੈਕ ਵਾਈਟ ਚਾ ਕਰਦਾਂ ਦੀ ਬੰਦੇ ਐਵੇਂ ਮੋਸਟ ਓਵਰ ਦਾ ਕਾਉਂਟਰਫੇਸ਼ੀਅਲ ਲੋਸ਼ਨ ਆਰ ਲਿਮਿਟਡ ਟੂ ਦਾ ਰਿਲੇਟਿਵਲੀ ਮਾਈਲਡ 2 ਟੂ 3% ਕਨਸੈਂਟ੍ਰੇਸ਼ਨ ਫਾਰ ਥਿਸ ਰੀਜ਼ਨ ਇਧਰ ਆਓ ਮੈਂ ਨਹੀਂ ਟ੍ਰਾਂਸਲੇਸ਼ਨ ਕਰਨ ਦੀ ਲੋੜ ਨਹੀਂ ਗਈ ਆਂਸਰ ਲੱਭਦੇ ਆ ਆਹ ਲੋ ਹੁਣ ਆਰਾਮ ਨਾਲ ਦੇਖਿਓ ਆਲਰੇਡੀ ਮੈਨੂੰ ਪਤਾ ਹੈ ਵੀ ਕਿਤਾ ਮੇਰਾ 9th ਹੋ ਗਿਆ ਇੱਕ ਮੇਰਾ ਬਰੋ 7th ਹੋ ਗਿਆ ਰੈਮਡੀ ਫਾਰ ਸਿੱਕ ਚਿਲड्रन ਬਿਲਕੁਲ ਵੀ ਨਹੀਂ ਪਲਾਂਟ ਲਾਈਫ ਬਿਲਕੁਲ ਵੀ ਨਹੀਂ ਐਪਰੋਪਰੀਟ ਤੇ ਇਨਐਪਰੋਪਰੀਟ ਕਿਤੇ ਲੌਂਗ ਟਰਮ ਉਥੇ ਦਿੱਤਾ ਦੀ ਪ੍ਰੋ ਤੇ ਐਪਰੋਪਰੀਟ ਤੇ ਨੈਪਰੋਪਰੀਟ ਨਿਕਲਾ ਬੁਰਾ ਹੀ ਦੱਸਿਆ ਅਨ ਵਾਂਟਡ ਸਾਈਡ ਇਫੈਕਟ ਸਵੈਲੋ ਕਰਨ ਦਾ ਖਾਣਾ ਹੁੰਦਾ ਨਹੀਂ ਹੈਗਾ अर्ਲੀ ਪਪੂਲਰਿਟੀ ਨਹੀਂ ਐਡੀਬਲ ਖਾਣਾ ਨਹੀਂ ਅਵੇਲੇਬਿਲਟੀ ਟੂ ਦਾ ਪਬਲਿਕ ਨਹੀਂ ਯੂਜ਼ ਐਜ਼ ਅ ਡਾਈਜੈਸਟਿਵ ਨਹੀਂ ਐਕੂਰੇਟ ਅਨਸਰ ਹੈ ਥਰਡ ਕੀ ਹੈ ਰਿਸਕ ਆਫ ਐਪਲੀਕੇਸ਼ਨ ਟੂ ਦਾ ਸਕਿਨ ਮੇਰੀ ਗੱਲ ਨੂੰ ਮੰਨੋ ਕਿਉਂਕਿ ਜਦੋਂ ਉਹਨੇ ਕਿਹਾ ਸੀ ਨਾ ਕਿ ਇਹਦੇ ਰਿਸਕ ਕੀ ਨੇ ਜੇ ਅਸੀਂ ਇਹਨੂੰ ਅਪਲਾਈ ਕਰਾਂਗੇ ਤਾਂ ਇਹਦੇ ਨਾਲ ਪਿਗਮੈਂਟੇਸ਼ਨ ਹੋ ਜੂਗੀ ਡਿਸਕਲਰੇਸ਼ਨ ਹੋ ਜੂਗੀ ਤਾਂ ਸਕਿਨ ਦੇ ਉੱਤੇ ਇਹਦਾ ਬੁਰਾ ਪ੍ਰਭਾਵ ਵੀ ਪਊਗਾ ਮੈਨੂੰ ਲੱਗਦਾ ਵੀ ਇਹ ਸਭ ਤੋਂ ਬੈਸਟ ਮੈਥਡ ਹੈ ਕਿ ਇੱਕ ਪੈਰਾਗ੍ਰਾਫ ਨੂੰ ਪੜ੍ਹ ਲਓ ਉਹਦੇ ਚੋਂ ਦੋ ਤਿੰਨ ਚੀਜ਼ਾਂ ਜਿਹੜੀਆਂ ਮੇਨ ਮੇਨ ਜਿਹਨਾਂ ਨੂੰ ਪਿਕ ਕਰ ਲਓ ਪੂਰੇ ਪੈਰਾਗ੍ਰਾਫ ਦਾ ਨਿਚੋੜ ਕੱਢ ਲਓ ਤੁਹਾਡੇ ਅੱਗੇ ਆਨਸਰ ਹੈ ਆਇਲਸ ਨਹੀਂ ਔਖੀ ਹੈਗੀ ਮੈਂ ਕਿਵੇਂ ਸਮਝਾਵਾਂ ਤੁਹਾਨੂੰ ਮਤਲਬ ਤੁਸੀਂ ਇੱਕ ਚੀਜ਼ ਦੇਖੋ ਜੇ ਤੁਸੀਂ ਇੱਥੇ ਤੱਕ ਮੇਰੀ ਵੀਡੀਓ ਦੇਖ ਲਈ ਨਾ ਤਾਂ ਤੁਸੀਂ ਆਈਐਲਸ ਕਰਨ ਦੇ ਲਈ ਇੰਟਰਸਟਿਡ ਹੋ ਬਸ ਤੁਸੀਂ ਇੱਕ ਗੱਲ ਦਿਮਾਗ 'ਚ ਰੱਖ ਲਓ ਕਿ ਯਾਰ ਆਈਐਲਸ 'ਚ ਨਾ ਹਾਫ ਬੈਂਡ ਕਰਕੇ ਵੀ ਲੋਕਾਂ ਦਾ ਪੇਪਰ ਜਿਹੜਾ ਉਹ ਕਲੀਅਰ ਨਹੀਂ ਹੁੰਦਾ ਹੈਗਾ ਤੇ ਤੁਸੀਂ ਤਾਂ ਖਸਮੋ ਫਿਰ ਵੀ ਦੋ ਬੈਂਡ ਦੀ ਗੱਲ ਕਰ ਰਹੇ ਮੈਂ ਟੂ ਬੈਂਡ ਜਿਹਨੂੰ ਕਹਿੰਦੇ ਆ ਆ ਏਡੇ ਏਡੇ ਪੈਰਾਗ੍ਰਾਫ ਪੜਨੇ ਮੇਰੇ ਲਈ ਵੀ ਸੌਖੇ ਨਹੀਂ ਹੈਗੇ ਪਰ ਤੁਹਾਡੇ ਕਰਕੇ ਪੜਾ ਰਿਹਾ ਜੇ ਤੁਸੀਂ ਕੰਟੀਨਿਊ ਇੰਟਰਸਟ ਬਣਾ ਕੇ ਰੱਖੋਗੇ ਮੈਂ ਤਾਂ ਕਿਉਂ ਨਹੀਂ ਪੜਾਉਂਗਾ ਥੈਟਸ ਏਟ ਚਲੋ ਖਿੱਚਦੇ ਆ ਆਨਸਰ ਤੁਹਾਡੇ ਤੋਂ ਲਵਾਉਂਗਾ ਥੈਟਸ ਕਿਨਾਂ ਜਿਹੜਾ ਸੈਲਿਸੈਲਿਕ ਐਸਿਡ ਹੈ ਨਾ ਆਲਸੋ ਹੈਜ਼ ਅ ਨੰਬਰ ਆਫ ਆਫ ਅਦਰ ਲੈਸ ਵਾਈਡਲੀ ਨੋਨ ਯੂਜ਼ਸ ਇਹਦੇ ਹੋਰ ਵੀ ਯੂਜ਼ ਕੀ ਨੇਗੇ ਡਿਊ ਟੂ ਇਟਸ ਐਂਟੀ ਮਾਈਕਰੋਬਲ ਪ੍ਰੋਪਰਟੀ ਇਟ ਇਜ਼ ਯੂਜ਼ਡ ਇਨ ਦਾ ਫਾਰਮੇਸ਼ਨ ਆਫ ਬਿਸਮਥ ਸਬਸਲਿਕਲੇਟ ਦਾ ਐਕਟਿਵ ਇਨਗਰੀਡੀਐਂਟ ਇਨ ਦਾ ਨੰਬਰ ਆਫ ਪਪੂਲਰ ਰੈਮੇਡੀ ਫਾਰ ਅਪਸੈਟ ਸਟਮਕ ਜਦੋਂ ਢਿੱਡ ਖਰਾਬ ਹੁੰਦਾ ਹੈ ਉਦੋਂ ਵੀ ਯੂਜ਼ ਕਰ ਸਕਦੇ ਆ ਐਂਡ ਅਦਰ ਇੰਟੈਂਸਟਲ ਪ੍ਰੋਬਲਮ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਨੇ ਉਦੋਂ ਵੀ ਠੀਕ ਹੈ ਸਮ ਐਵੀਡੈਂਸ ਸੁਜੈਸਟ ਦੈਟ ਦਾ ਸੈਲੀਸਿਲਿਕ ਐਸਿਡ ਡਿਸਟਰੋਇਜ਼ ਈ ਕੋਲੀਬੈਕਟੀਰੀਆ ਐਂਡ ਕੌਨਸੀਕੁਐਂਟਲੀ ਰਿਡਿਊਸਿਸ ਸਿੰਪਟਮ ਆਫ ਦਾ ਡਾਇਰੀਆ ਜਿਵੇਂ ਲੂਜ਼ ਮੋਸ਼ਨ ਲੱਗਦੇ ਨੇ ਤੇ ਜਿਹੜੀ ਗੈਸਟ੍ਰੋ ਦੇ ਨਾਲ ਆਲੀ ਪ੍ਰੋਬਲਮ ਹੈ ਜਿਹੜੀ ਡਿਸਟ੍ਰੈਸ ਇਨ ਮੈਨੀ ਸਫਰਸ ਲੌਂਗ ਟਰਮ ਯੂਜ਼ ਹੈ ਹਾਊਏਵਰ ਇਜ਼ ਅ ਡਿਸਕਰੇਜਡ ਬਿਕਾਜ਼ ਐਨ ਅਕਮੂਲੇਸ਼ਨ ਟੂ ਬਿਸਮਤ ਸਬਸੈਲਿਕੇਟ ਇਨ ਦਾ ਬਾਡੀ ਇਜ਼ ਅ ਟਾਕਸਿਕ ਮਤਲਬ ਸੌਖੀ ਜੀ ਗੱਲ ਚ ਪੂਰੇ ਪੈਰੇ ਚ ਇਹ ਪੜਦਾ ਹੈਗਾ ਇਹ ਪੇਟ ਦੇ ਰਿਲੇਟਡ ਜਿਹੜੀਆਂ ਬਿਮਾਰੀਆਂ ਨੇਗੀਆਂ ਉਹਨੂੰ ਠੀਕ ਕਰਦਾ ਜਿਵੇਂ ਇੱਥੇ ਦੱਸਿਆ ਹੋਇਆ ਜਿਗਾ ਜਿਵੇਂ ਅਪਸੈਟ ਸਟਮਕ ਹੋਵੇ ਜਾਂ ਇਹ ਸੀ ਦੱਸਿਆ ਸੀਗਾ ਜਿਵੇਂ ਆ ਡਾਇਰੀਆ ਹੋਵੇ ਜਾਂ ਗੈਸਟਰੋਨ ਜੋ ਵੀ ਹੁੰਦੇ ਨੇ ਮੈਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ ਯਾਰ ਗੱਲ ਖਤਮ ਠੀਕ ਆ ਪਰ ਰੌਲਾ ਇਹ ਹੈ ਕਿ ਆਈਐਲਸ 'ਚ ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਕਿੰਨੀ ਕੁ ਪਾਉਨਨਸੀਏਸ਼ਨ ਉਸ ਚੀਜ਼ ਦੀ ਬੋਲ ਰਹੀ ਏਡੇ ਵਰਡ ਬੱਚੇ ਸਟੱਕੇ ଥିਓ ਨੇ ਵੀ ਸਰਚਿਸ ਆਉਂਦਾ ਪਤਾ ਹੀ ਨਹੀਂ ਲੱਗਿਆ ਉਹ ਕੀ ਹੈ ਯਾਰ ਓਵਰਆਲ ਕੀ ਹੈ ਇਹ ਪੇਟ ਦੀਆਂ ਬਿਮਾਰੀਆਂ ਦੀ ਗੱਲ ਕਰਦਾ ਆਜੋ ਕਿਹੜੇ-ਕਿਹੜੇ ਹੋਗੇ ਆਂਸਰ 9th ਹੋ ਗਿਆ bro 7th ਹੋ ਗਿਆ थर्ड हो गया ठीक uh, है रेमेडी फॉर सिक चिल्ड्रन ना बेनिफिट प्लांट लाइफ ना एप्रोप्रिएट थे इन एप्रोप्रिएट ना अनवांटेड साइड इफेक्ट्स स्वेलिंग ना अर्ली पॉपुलैरिटी योर ऑफ दी ना एडिबल ਤਾਂ ਖਾਣ ਦੀ ਗੱਲ ਹੀ ਨਹੀਂ ਕਰੀ ਅਵੇਲੇਬਿਲਟੀ ਟੂ ਦਾ ਪਬਲਿਕ ਨਹੀਂ ਐਕੂਰੇਟ ਆਂਸਰ ਹੈਗਾ ਸੈਕੰਡ ਯੂਜ਼ ਐਜ਼ ਅ ਡਾਈਜੈਸਟਿਵ ਡਾਈਜੈਸਟਿਵ ਡਾਈਜੈਸ਼ਨ ਡਾਈਜੈਸ਼ਨ ਦਾ ਮਤਲਬ ਜਿਹੜੀ ਪੇਟ ਨਾਲ ਸੰਬੰਧੀ ਸਾਰੀਆਂ ਡਾਈਜੈਸ਼ਨਸ ਦੀਆਂ ਗੱਲਾਂ ਹੁੰਦੀਆਂ ਨੇ ਤੇ ਐਕੂਰੇਟ ਆਂਸਰ ਹੈ ਜਿਹੜਾ ਉਹ ਸੈਕੰਡ ਹੈ ਇਹ ਤੋਂ ਵਧੀਆ ਆਪਸ਼ਨ ਕੋਈ ਨਹੀਂ ਹੈਗਾ ਮਤਲਬ ਮੈਂ 4 ਕੁਐਸਚਨ ਦੇ ਵੇੜਦੇ ਗੱਲ ਖਤਮ ਮੈਂ ਫਿਨਿਸ਼ ਹੋਰੇ ਵੀ ਕਰ ਸਕਦਾ ਪਰ ਮੈਂ E F G H ਇਤਾਂ ਦੇ ਕਰਕੇ ਪੜਾਉਣੇ ਚਾਹ ਰਿਹਾ ਵੀ ਤੁਹਾਨੂੰ ਇਹ ਪਤਾ ਲੱਗ ਜਾਵੇ ਵੀ ਯਾਰ ਕੰਪਲੀਟ ਰੀਡਿੰਗ ਚ ਲਿਸਟ ਆਫ ਹੈਡਿੰਗ ਕਿਵੇਂ ਕਰਾਂਗੇ ਥੈਟਸ ਏਟ ਠੀਕ ਆ ਮੈਥਡ ਉਹੀ ਹੈ ਸੇਮ ਕੋਈ ਚੇਂਜ ਨਹੀਂ ਕਰ ਰਹਾ ਮੈਂ ਕਹਿੰਦਾ ਸੈਲਿਸਿਲਿਕ ਐਸਿਡ ਇਜ਼ ਅ uh in the form of a aspirin tablet is commonly used to reduce the fever aches and pain in the inflammation but when ingested it can cause uh, gastronestel ulcer ik pata lagya ve tidd de vich prava hai ulcer vi karda reha okay uh, stomach nu irritation vi karda reha te de bleeding vi ho jandi hai te ਅਦਰ ਅਨਡਿਜ਼ਾਇਰੇਬਲ ਸਾਈਡ ਇਫੈਕਟ ਵੀ ਹੋ ਜਾਂਦੇ ਨੇ ਮਤਲਬ ਕੀ ਹੈਗਾ ਕਿ ਜੇ ਤੁਸੀਂ ਇਹਨੂੰ ਖਾਣੇ ਹੋਣਾ ਇਹ ਹੁਣ ਇੱਕ ਆਪਾਨੂੰ ਪਤਾ ਲੱਗਿਆ ਖਾਣ ਲਈ ਐਸਪਿਰਨ ਟੈਬਲੇਟ ਬਣ ਕੇ ਅੱਗੇ ਆ ਗਈਆਂ ਠੀਕ ਹੈ ਜੇ ਇਹਨੂੰ ਖਾਨੇ ਆ ਤਾਂ ਇਹ ਚੇ ਪੇਟ ਚ ਛਾਲੇ ਅਲਸਰ ਸਟਮਕ ਦੇ ਵਿੱਚ ਇਰੀਟੇਸ਼ਨ ਬਲੀਡਿੰਗ ਵੀ ਹੋ ਸਕਦੀ ਹੈ ਜਾਂ ਅਨਡਿਜ਼ਾਇਰੇਬਲ ਸਾਈਡ ਇਫੈਕਟ ਵੀ ਹੋ ਸਕਦੇ ਨੇ ਐਨ ਇਸ਼ੂ ਫਾਰ ਮੈਨੀ ਯੂਜ਼ਰ ਆਫ ਐਸਪਿਰਨ ਓਵਰ ਦਾ ਇਅਰ ਇਹ ਲੋਕਾਂ ਚ ਦੇਖਿਆ ਗਿਆ ਵੀ ਜਿਨ੍ਹਾਂ ਨੂੰ ਬੜੀਆਂ ਪ੍ਰੋਬਲਮਜ਼ ਆਈਆਂ ਨੇ ਚਿਲड्रन ਬੜਿਆਂ ਨੂੰ ਲੱਗੋਵੇ ਹਾਈ ਚਿਲड्रन ਵਾਲੀ ਗੱਲ ਹੈ ਇੱਕ ਸ਼ਬਦ ਕਰਕੇ ਆਨਸਰ ਨਹੀਂ ਲਾਉਣਾ ਹੈਗਾ ਸੀਮ ਟੂ ਬੀ ਪਾਰਟਿਕੂਲਰਲੀ ਸੈਂਸਿਟਿਵ ਦੇਖੋ ਬੱਚੇ ਨੇ ਜਿਹੜੇ ਉਹ ਸੈਂਸਿਟਿਵ ਹੁੰਦੇ ਨੇ ਸਾਰਿਆਂ ਨੂੰ ਪਤਾ ਇਹ ਗੱਲ ਹੈ ਨਾ ਜਿਹੜੇ ਕਿੱਡ ਹੁੰਦੇ ਨੇ ਪੁੱਤ ਉਹ ਕੀ ਹੁੰਦੇ ਨੇ ਉਹ ਸੈਂਸਿਟਿਵ ਹੁੰਦੇ ਆ ਵਿਦ ਐਪੀਡੈਮੋਲੋਜੀਕਲ ਰਿਸਰਚ ਡੈਮੋਨਸਟ੍ਰੇਟਿੰਗ ਅ ਕਨੈਕਸ਼ਨ ਬੀਟਵੀਨ ਐਸਪਰਿਨ ਯੂਜ਼ ਇਨ ਚਿਲड्रन ਸਫਰਿੰਗ ਫਰਮ ਅ ਵਾਇਰਲ ਇਲਨੈਸ ਐਂਡ ਡੈਮੇਜਿੰਗ ਐਂਡ ਦਾ ਪੋਟੈਂਸ਼ੀਅਲੀ ਫੈਟਲ ਕੰਡੀਸ਼ਨ ਨੋਨ ਐਜ਼ ਅ ਰੇਜ ਸਿੰਡਰਮ ਜੋ ਵੀ ਐਜ਼ ਅ ਰਿਜ਼ਲਟ ਦਾ ਫੂਡ ਐਂਡ ਡਰਗ ਐਡਮਿਨਿਸਟ੍ਰੇਸ਼ਨ ਹੈਜ਼ ਰਿਕਮੈਂਡਡ ਉਹਨਾਂ ਨੇ ਕੀ ਕਿਹਾ ਕੀ ਰਿਕਮੈਂਡ ਕਰਿਆ ਪੇਰੈਂਟਸ ਅਵੋਇਡ ਦਾ ਯੂਜ਼ ਆਫ ਐਸਪਰਿਨ ਜਿਹੜੇ ਮਾਪਿਓ ਨੇ ਉਹ ਐਸਪਰਿਨ ਦਾ ਯੂਜ਼ ਨਾ ਕਰਨ ਫॉर 올 ਫੀਵਰਿਸ਼ ਚਿਲड्रन ਐਂਡ ਟੀਨੇਜਰ ਤੇ ਉਹਨਾਂ ਲਈ ਵੀ ਇਹਨੂੰ ਯੂਜ਼ ਨਾ ਕੀਤਾ ਜਾਵੇ ਮਤਲਬ ਤੁਹਾਨੂੰ ਇਹ ਪਤਾ ਲੱਗਣਾ ਚਾਹੀਦਾ ਪੁੱਤ ਹੁਣ ਬੜੇ ਬੱਚਿਆਂ ਨੂੰ ਪਤਾ ਕੀ ਲੱਗੂਗਾ ਸਰ ਚਿਲड्रन ਦੀ ਗੱਲ ਸੀ ਬ్రో ਉਹਦੀ ਰੈਮੇਡੀ ਨਹੀਂ ਹੈਗੀ ਉਹ ਐ ਨਹੀਂ ਦੱਸਿਆ ਵੀ ਬੱਚੇ ਬਿਮਾਰ ਨੇ ਤਾਂ ਉਹਨਾਂ ਨੂੰ ਆਹ ਦਈਏ ਸਗੋਚ ਤਾਂ ਇਹ ਦੱਸਿਆਗਾ ਵੀ ਜੇ ਇਹਨੂੰ ਖਾਣੇ ਹੋ ਤਾਂ ਇਹਦੇ ਨਾਲ ਬੜੇ ਨੁਕਸਾਨ ਹੁੰਦੇ ਨੇ ਹੁਣ ਇੱਕ ਚੀਜ਼ ਦੇਖੋ 9th ਅਲਰੇਡੀ ਹੋ ਗਿਆ ਸੀਗਾ 7th ਹੋ ਗਿਆ ਸੀਗਾ 3rd ਹੋ ਗਿਆ ਸੀਗਾ 2nd ਹੋ ਗਿਆ ਸੀਗਾ ਠੀਕ ਹੈ ਹੁਣ ਅਵੇਲੇਬਿਲਟੀ ਟੂ ਦਾ ਪਬਲਿਕ ਨਹੀਂ ਹੈ ਐਡੀਬਲ ਸੋਰਸਸ ਆਫ ਦਾ ਸੈਲਿਸੈਲਿਕ ਐਸਿਡ ਬਿਲਕੁਲ ਵੀ ਨਹੀਂ ਕੋਈ ਪੌਪੂਲੈਰਿਟੀ ਯੂਰਪ ਚ ਨਹੀਂ ਹੈਗੀ ਕੋਈ ਬੈਨੀਫਿਟ ਪlant ਲਾਈਫ ਦੇ ਨਹੀਂ ਕੋਈ ਐਪਰੋਪ੍ਰੀਟ ਨਹੀਂ ਐਪਰੋਪ੍ਰੀਟ ਲੌਂਗ ਟਰਮ ਵੀ ਨਹੀਂ ਹੈਗਾ ਤਾਂ ਐਕਿਊਰੇਟ ਆਂਸਰ ਹੈ 6 ਅਨਵਾਂਟਿਡ ਸਾਈਡ ਇਫੈਕਟ ਨੇ ਜਿਹੜੇ ਚਾਹੁੰਦੇ ਨਹੀਂ ਉਹ ਵੀ ਸਾਈਡ ਇਫੈਕਟ ਨੇ ਕਾਦੇ ਸਵੈਲੋਇੰਗ ਐਸਪਰਿਨ ਸਵੈਲੋਇੰਗ ਹੁੰਦਾ ਨਿਗਲਣਾ ਖਾਣਾ ਮਤਲਬ ਇਹਨੂੰ ਖਾਣ ਦੇ ਜਿਹੜੇ ਸਾਈਡ ਇਫੈਕਟ ਨੇ ਉਹ ਤੁਹਾਨੂੰ ਸਾਰੇ ਸਾਹਮਣੇ ਸੀਗੇ ਉਹਨੇ ਕਿਹਾ ਸੀ ਨਾ ਕਿ ਪੇਟ ਚ ਪ੍ਰੋਬਲਮ ਆ ਜੂਗੀ ਹਾਂ ਜਾਂ ਸਟਮਕ ਇਰੀਟੇਸ਼ਨ ਹੋ ਜੂਗੀ ਮਤਲਬ ਤੁਸੀਂ ਇੱਕ ਗੱਲ ਦੇਖੋ ਬਹੁਤ ਸਾਰੇ ਕਿਉਂਕਿ ਯਾਰ ਇਹ ਮੈਡੀਕਲ ਦੇ ਵਰਡ ਨੇ ਜਿਹੜੇ ਐਡੇ ਔਖੇ ਵਰਡ ਸੀਗੇ ਫਿਰ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਸਲਾਹ ਦਿੰਨਾ ਜੇ ਪੇਪਰ ਕਲੀਅਰ ਕਰਨਾ ਹੈ ਨਾ ਜੇ ਤੁਸੀਂ ਔਰੇ ਤੱਕ ਮੇਰੀ ਵੀਡੀਓ ਦੇਖ ਲਈ ਤਾਂ ਤੁਸੀਂ ਮੈਨ ਲਿਖ ਕੇ ਦੇ ਨੂੰ ਤਿਆਰ ਆ ਯੂ ਆਰ ਸੀਰੀਅਸ ਸਟੂਡੈਂਟ ਆਫ ਆਇਲਸ ਤੁਹਾਨੂੰ ਸੱਚੀ ਆਇਲਸ ਚ ਪ੍ਰੋਬਲਮ ਹੈ ਜੇ ਔਰੇ ਤੱਕ ਕੋਈ ਨਹੀਂ ਆਇਆ ਫਿਰ ਕੋਈ ਨਹੀਂ ਜੇ ਤੁਸੀਂ ਔਰੇ ਤੱਕ ਆਗੇ ਨਾ ਹਿੱਟ ਲਾਈਕ ਕਰ ਦਿਓ ਬਸ ਬੈਠੇ ਬੈਠੇ ਮੈਨੂੰ ਪਤਾ ਲੱਗੂਗਾ ਕਿ ਕਿੰਨੇ ਬੱਚੇ ਇੱਥੇ ਤੱਕ ਮੇਰੀ ਵੀਡੀਓ ਦੇਖ ਕੇ ਗਏ ਨੇ ਤੇ ਯਾਦ ਰੱਖਿਓ ਮੈਂ ਕੀ ਪੜਾ ਰਿਹਾ ਕਲਾ ਪੈਰਾਗ੍ਰਾਫ ਕੰਪਲੀਟ ਕਰ ਰਹੇ ਹਾਂਗਾ ਓਵਰਆਲ ਕੱਟ ਰਹੇ ਤੇ ਆਨਸਰ ਕੱਟ ਰਹੇ ਹਾਂ ਤੇ ਜੇ ਕਿਸੇ ਵੀ ਬੱਚੇ ਨੂੰ IELTS ਵਿੱਚ ਪ੍ਰੋਬਲਮ ਹੁੰਦੀ ਹੈ ਮੇਰੀ ਬੈਕ ਸਾਈਡ ਤੇ ਨਾ ਇੱਕ ਚੀਜ਼ ਚੱਲ ਰਹੀ ਹੈ ਉੱਥੇ ਲੋਗੋ ਦੇ ਉੱਤੇ ਤੁਸੀਂ ਇੱਕ ਚੀਜ਼ ਦੇਖ ਰਹੇ ਹੋਗੇ ਨੇਮ ਕੀ ਲਿਖਿਆ ਹੋਇਆ ਹੈ ਬੇਬੀ ਕੋਡ IELTS ਵਨ ਆਫ ਦਾ ਬੈਸਟ ਇੰਡੀਆਜ਼ ਦਾ ਵਨ ਆਫ ਦਾ ਬੈਸਟ ਐਪਲੀਕੇਸ਼ਨ ਹੈਗੀ ਇਹ ਅਸੀਂ ਆਪ ਬਣਾਈਆ ਆਪ ਯੂਜ਼ ਕਰ ਰਹੇ ਹਾਂਗੇ ਸਾਡੀ ਸਾਰੀ ਟੀਮ ਇਹਨੂੰ ਬਹੁਤ ਮਿਹਨਤ ਲਾ ਕੇ ਦੇ ਉੱਤੇ ਕੰਮ ਕਰ ਰਹੀ ਹੈਗੀ ਤਾਂ ਬੇਬੀ ਕੋਡ ਦੇ نیچے ਇੱਕ ਪ੍ਰੋਮੋ ਕੋਡ ਲਿਖਿਆ ਹੋਇਆ ਰਮਨ 3007 ਜਿਹੜੇ ਬੱਚੇ ਬਹੁਤ ਜ਼ਿਆਦੇ ਫੀਸਾਂ ਦੇ ਕੇ ਕਿਤੇ ਨਹੀਂ ਪੜਨਾ ਚਾਹੁੰਦੇ ਜਾਂ ਕਿਤੇ ਉਹਨਾਂ ਨੂੰ ਸਿਲੇਬਸ ਨਹੀਂ ਪਤਾ ਜਾਂ IELTS ਦਾ ਮਟੀਰੀਅਲ रियल ਨਹੀਂ ਹੈਗਾ ਤਾਂ ਮੇਰੇ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਪਿਆ BB ਕੋਡ ਦਾ ਤੁਸੀਂ ਇਹਨੂੰ ਡਾਊਨਲੋਡ ਕਰੋਗੇ ਤਾਂ 349 349 ਰੁਪਏ ਕਿੰਨੇ ਟਾਈਮ ਦੇ ਜੇ ਮੇਰਾ ਪ੍ਰੋਮੋ ਕੋਡ ਯੂਜ਼ ਕਰਦੇ ਹੋ ਤਾਂ 1 ਮੰਥ ਦੇ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਕੰਪਲੀਟ ਰੀਡਿੰਗ ਭਾਵੇਂ ਜਰਨਲ ਭਾਵੇਂ ਅਕਾਡੈਮਿਕ ਇਨਾ ਮਟੀਰੀਅਲ ਮਿਲ ਜਾਊਗਾ ਦੂਜੇ ਨੰਬਰ ਤੇ ਤੁਹਾਨੂੰ ਰਾਈਟਿੰਗ ਦੇ ਬਹੁਤ ਸਾਰੇ ਟੌਪਿਕ ਨੇ ਜਿਹੜੇ ਲਿਖੇ ਹੋਏ ਉਹ ਮਿਲ ਜਾਣਗੇ ਤੀਜੇ ਨੰਬਰ ਤੇ ਬਿਨਾ ਐਡ ਤੋਂ ਜਿਹੜੀਆਂ ਤੁਹਾਨੂੰ ਲਿਸਨਿੰਗਸ ਮਿਲ ਜਾਣਗੇ ਜਿੰਨੀ ਮਰਜ਼ੀ ਲਿਸਨਿੰਗ ਕਰੋ ਕੋਈ ਐਡ ਨਹੀਂ ਹੋਊਗੀ ਕੋਈ ਡਿਸਟਰਬੈਂਸ ਨਹੀਂ ਹੋਊਗੀ ਤੇ ਫੋਰਥ ਨੰਬਰ ਤੇ ਸਪੀਕਿੰਗ ਦੇ ਲਈ ਤਾਂ ਵਨ ਆਫ ਦਾ ਬੈਸਟ ਹੈਗਾ ਜੇ ਤੁਸੀਂ ਆਈਐਲਐਸ ਸਪੀਕਿੰਗ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਐਪਲੀਕੇਸ਼ਨ ਦੇ ਉੱਤੇ ਕੰਮ ਕਰਨਾ ਪਊਗਾ ਕਿਉਂਕਿ ਇਹ ਤੁਹਾਨੂੰ ਇੱਕ ਪਰਸਨਲ ਟ੍ਰੇਨਰ ਵਾਂਗੂ ਟ੍ਰੀਟ ਕਰੂਗੀ ਕੰਪਲੀਟ ਇਸ ਤਰੀਕੇ ਨਾਲ ਡਿਜ਼ਾਈਨ ਕਰੀ ਗਈ ਹੈ ਜਿਵੇਂ ਇੱਕ ਪੇਪਰ ਇੱਕ ਐਗਜ਼ਾਮੀਨਰ ਪੇਪਰ ਲੈਂਦਾ ਨਾ ਓਵੇਂ ਹੀ ਤੁਹਾਡਾ ਪੇਪਰ ਲੌਗੇ ਲਾਸਟੇ ਬੈਂਡ ਸਕੋਰ ਦੱਸੂਗੀ ਗਲਤੀਆਂ ਦੱਸੂਗੀ ਬੈਸਟ ਆਂਸਰ ਦੱਸੂਗੀ ਪਨੰਸੀਏਸ਼ਨ ਦੱਸੂਗੀ ਤੁਹਾਨੂੰ ਕੀ ਕੀ ਚੀਜ਼ਾਂ ਸੁਧਾਰਨੀਆਂ ਨੇ ਉਹ ਦੱਸੂਗੀ ਮਤਲਬ ਕੰਪਲੀਟ ਆਈਐਲਐਸ ਦੇ ਲੇਟੈਸਟ ਟੌਪਿਕ ਇੱਕ ਕਿੰਨੇ ਰੁਪਏ ਚ 349 ਰੁਪਏ ਦੈਟਸ ਇਟ ਡਿਸਕ੍ਰਿਪਸ਼ਨ ਮੇਰੇ ਤੇ ਜੇ ਪ੍ਰੋਸਾ ਕਰਦੇ ਮੇਰੀਆਂ ਵੀਡੀਓਜ਼ ਦੇਖਦੇ ਹੋ ਮੈਂ ਕਿਸੇ ਗਲਤ ਚੀਜ਼ ਦੀ ਅਜੇ ਤੱਕ ਐਡ ਨਹੀਂ ਕੀਤੀ ਤੇ ਨਾ ਮੈਂ ਕਰਦਾ ਤੇ ਇਹ ਐਡ ਵੀ ਮੈਂ ਕਿਸੇ ਦੀ ਨਹੀਂ ਕਰ ਰਿਹਾ ਮੈਂ ਆਵਦੀ ਕਰ ਰਿਹਾ ਮੈਂ ਕਿਸੇ ਨੂੰ ਕੋਈ ਤੰਬਾਕੂ ਨਹੀਂ ਵੇਚਿਆ ਜਿੱਦ ਤੱਕ ਉਹਦੇ YouTube ਚੈਨਲ ਦੇ ਉੱਤੇ ਮੈਂ ਆਪਣੇ YouTube ਚੈਨਲ ਦੇ ਉੱਤੇ ਕੋਈ ਸੱਟੇ ਦੀ ਗੱਲ ਨਹੀਂ ਕੀਤੀ ਹੈਗੀ ਤੇ ਮੈਂ ਸਾਰੀ ਮੇਰੀ ਆਡੀਅנס ਨੂੰ ਇਹ ਵਾਅਦਾ ਕਰਦਾ ਮੈਂ ਐਵੇਂ ਦੀ ਕੋਈ ਗੱਲ ਨਹੀਂ ਕਰਦਾ ਭਾਵੇਂ ਮੇਰੇ ਕੋਲੇ ਰੁਪਈਆ ਰਹੇ ਨਾ ਰਹੇ ਮੈਨੂੰ ਕੋਈ ਲਾਲਚ ਨਹੀਂ ਹੈਗਾ ਕਿਸੇ ਤੋਂ ਬਹੁਤੇ ਪੈਸੇ ਲੈ ਕੇ ਐਡ ਕਰਨ ਦਾ ਮੈਂ ਆਪਣੇ ਚੈਨਲ ਦੇ ਉੱਤੇ ਇਕੱਲੀ ਐਜੂਕੇਸ਼ਨ ਦੀ ਗੱਲ ਕਰੂੰਗਾ ਤੁਸੀਂ ਇੰਨਾ ਪਿਆਰ ਕਰਦੇ ਹੋ ਤਾਂ ਮੈਂ ਤੁਹਾਡੇ Pero de usted. ਖਰਾ ਉਤਰੂਗਾ ਤੇ ਅੱਜ ਕੱਲ ਤਾਂ ਉਹ ਵੀ ਚੱਲ ਰਿਹਾ ਨਾ ਲੋਕ ਇੰਨੇ ਕੁ ਐਡਵਾਂਸ ਤਾਂ ਹੋ ਗਏ ਮੈਨੂੰ ਪਤਾ ਹੈ ਕਿ ਜੇ ਮੈਂ ਆ ਗੱਲਾਂ ਬੋਲਤੇ ਹੋਏ ਮੈਂ ਐਡ ਨਹੀਂ ਕਰਦਾ ਜੇ ਮੈਂ ਕਦੀ ਇਨ ਫਿਊਚਰ ਚ ਐਡ ਕਰਤੀ ਨਾ ਉਹ ਆਉਂਦਾ ਨਹੀਂ ਆਉਂਦਾ ਉਹ ਨੋ 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 ਫਿਰ ਦੋ ਵੀਡੀਓ ਜਿ ਇਕੱਠੀਆਂ ਕਰਕੇ ਮਾਸਟਰ ਜੀ ਹੁਣ ਦੱਸੋ ਕੀ ਹੈ ਤਾਂ ਮੈਂ ਪ੍ਰੋਮਿਸ ਕਰਦਾ ਮੈਂ ਐਵੇਂ ਦਾ ਕੁਝ ਵੀ ਨਹੀਂ ਕਰੂੰਗਾ ਜੇ ਤੁਸੀਂ ਮੇਰੀ ਆਡੀਅנס ਇੰਨਾ ਮੈਨੂੰ ਪਿਆਰ ਕਰਦੀ ਹੈ ਨਾ ਮੇਰਾ ਪਰਿਵਾਰ ਬਣੀ ਹੋਈ ਹੈ ਮੇਰੀਆਂ ਗੱਲਾਂ ਸੁਣਦੀ ਹੈ ਤਾਂ ਮੇਰਾ ਇਹ ਐਪਲੀਕੇਸ਼ਨ ਪਰਸਨਲ ਐਪਲੀਕੇਸ਼ਨ ਮੇਰੇ ਹੈਗਾ ਡਾਊਨਲੋਡ ਕਰਿਓ ਮੇਰੇ ਲਿੰਕ ਡਿਸਕ੍ਰਿਪਸ਼ਨ ਚ ਮਿਲਿਆ ਹੋ ਜੋ ਕਰੇ ਬਹਿ ਕੇ ਵੀ ਕਰ ਸਕਦੇ ਹਾਂ ਇੰਨਾ ਲੇਟੈਸਟ ਮਟੀਰੀਅਲ ਜਿੰਨਾ ਕਿਤੇ ਵੀ ਨਹੀਂ ਮਿਲੂਗਾ ਇਹਦੇ ਉੱਤੇ ਮੈਂ ਅਪਲੋਡ ਕਰਿਆ ਹੋਇਆ ਪਰਸਨਲੀ ਥੈਟਸ ਇਟ ਚਲੋ ਅਗਲੇ ਕੁਸ਼ਨ ਦੇ ਹੁੰਨੇ ਆ ਟੋਟਲ ਆਪਾਂ ਕਿੰਨੇ ਕੁਸ਼ਨ ਕਰ ਲਏ ਈ ਤੱਕ ਠੀਕ ਆ ਆ ਰਹਿ ਗਏ ਛੋਟੇ ਛੋਟੇ ਜਿਹਾ ਐਫ ਜੀ ਐਚ ਨੇ ਵੇਟ ਦਾਂਗੇ ਹੁਣ ਆਪਾਂ ਠੀਕ ਹੈ ਕਹਿਣਾ ਕੀ ਚਾਹੁੰਦੇਗਾ ਕਹਿੰਦਾ Salicylic acid has a many uses for human and other animal but several species of a flora too dekho flora fauna dono hunde na janwar ate paudhe jede vi a rely on its a benefit jede salicylic acid de benefit ne na ede te jede sade flora te fauna ne na oh vi dependent ne it seems to protect against fungicidal ਐਂਡ ਬੈਕਟੀਰੀਅਲ ਇਨਫੈਕਸ਼ਨ ਬਾਈ ਐਕਟਿੰਗ ਐਜ਼ ਅ ਸਿਗਨਲ ਟੂ ਦਾ ਪੈਥੋਜੈਨਿਕ ਇਨਵੈਸ਼ਨ ਮਤਲਬ ਇਹ ਫੰਜੀਸਾਈਡਲ ਜਾਂ ਬੈਕਟੀਰੀਅਲ ਇਹ ਸਾਰੀਆਂ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ ਇਟ ਆਲਸੋ ਐਕਟ ਐਜ਼ ਅ ਕਾਈਂਡ ਆਫ ਦਾ ਥੈਰੋਪੈਟਿਕ ਏਜੈਂਟ ਬਾਈ ਪਲੇਇੰਗ ਅ ਰੋਲ ਇਨ ਅ ਪਲਾਂਟ ਅ ਰਿਸਪੌਂਸ ਟੂ ਅਬਿਓਟਿਕ অর ਐਕਸਟਰਨਲ ਸਟ्रेस ਸੱਚ ਐਜ਼ ਇਨ ਅ ਸਿਚੁਏਸ਼ਨ ਆਫ ਦਾ ਡਰਾਟ ਡਰਾਟ ਉਹਨੇ ਸੋਕਾ ਜਦੋਂ ਮੀਂਹ ਨਹੀਂ ਪੈਂਦਾ ਨਾ ਉਹ ਤਾਂ ਡਰਾਟ ਹੋ ਜਾਂਦਾ ਐ ਐਕਸੈਸਿਵ ਕੋਲਡ ਬਹੁਤ ਠੰਡ ਹੋ ਜਾਂਦੀ ਐ ਹੀਟ ਜਾਂ ਹੈਵੀ ਮੈਟਲ ਟਾਕਸਿਟੀ ਮਤਲਬ ਇਸ ਸੈਲਿਸੈਲਿਕ ਉਹਥੇ ਵੀ ਕੰਮ ਕਰਦਾ ਹੈਗਾ ਜਿਵੇਂ ਪਲਾਂਟਸ ਨੂੰ ਲੈ ਕੇ ਜਾਂ ਜਿਵੇਂ ਉਹਨਾਂ ਚ ਕੋਈ ਸੋਕਾ ਪੈ ਗਿਆ ਉਹਨੂੰ ਲੈ ਕੇ ਬਹੁਤ ਠੰਡ ਹੋ ਗਈ ਉਹਨੂੰ ਲੈ ਕੇ ਹਰ ਇੱਕ ਚੀਜ਼ ਦੇ ਉੱਤੇ ਇਹਦਾ ਜਿਹੜਾ ਤੁਹਾਨੂੰ ਕੰਮ ਹੈ ਉਹ ਦੇਖਣ ਨੂੰ ਮਿਲੂਗਾ ਤਾਂ ਮੈਨੂੰ ਲੱਗਦਾ ਹੈ ਦੱਸਣ ਦੀ ਵੀ ਲੋੜ ਨਹੀਂ ਐ ਤਾਂ ਆਨਸਰ ਸਾਰੇ ਨੂੰ ਪਤਾ ਲੱਗੇ ਗਿਆ ਤਾਂ ਐਕੂਰੇਟ ਆਨਸਰ ਇਜ਼ 10th ਬੈਨੀਫਿਟ ਨੇ ਇਹਦੇ ਪਲਾਂਟ ਦੀ ਲਾਈਫ ਨੂੰ ਪਲਾਂਟ ਦੀ ਲਾਈਫ ਨੂੰ ਕਿਸੇ ਨੇ ਫੰਜੀਸਾਈਡਲ ਇਨਫੈਕਸ਼ਨ ਮੈਂ ਕਹਿੰਦਾ ਸਾਰਾ ਬੈਕਟੀਰੀਅਲ ਇਨਫੈਕਸ਼ਨ ਸਾਰਾ ਕੁਝ ਦੱਸਦਾ ਸੀ ਦੋ ਕੁਐਸਚਨ ਰਹਿ ਗਏ ਆ ਲੋ ਆ ਨਿਬੇੜਦੇ ਨੇ ਆਪਾਂ ਐਵੇਂ ਖੜੇ ਖੜੇ ਇਟ ਇਜ਼ ਅ ਨੇਚਰਲ ਅਕਰਿੰਗ ਸਬਸਟੈਂਸ ਇਨ ਮੋਸਟ ਫਰੂਟਸ ਇਨਕਲੂਡਿੰਗ ਬੈਰੀਜ਼ ਡੇਟਸ ਰੇਜ਼ਨਸ ਕੀਵੀ ਫਰੂਟ ਆਲਿਵਸ ਐਂਡ ਟੋਮੈਟੋਜ਼ ਫਿਊ ਵੈਜੀਟੇਬਲ ਐਂਡ ਆਲਸੋ ਮਸ਼ਰੂਮ ਐਂਡ ਆਲਮੰਡਸ ਹੈਵ ਅ ਸਟਰੋਂਗ ਸੈਲਿਸਿਲਿਕ ਐਸਿਡ ਕੰਟੈਂਟ ਖਾਣ ਪੀਣ ਵਾਲੀਆਂ ਚੀਜ਼ਾਂ ਚ ਇਹਨੇ ਦੱਸਦਾ ਸਮ ਹਰਬਸ ਐਂਡ ਸਪਾਈਸਿਜ਼ ਸੱਚ ਐਜ਼ ਅ ਟਰਮਰਿਕ ਹੁੰਦੇ ਹਲਦੀ ਤੇ ਕਰਕੋਮਿਨ ਜੋ ਵੀ ਵਟੈਵਰ ਪ੍ਰੋਸੈਸਿਸ ਸੋ ਮੱਚ ਆਫ ਦਾ ਸਬਸਟੈਂਸ ਦੈਟ ਅਕੋਰਡਿੰਗ ਟੂ ਦਾ ਰੋਇਟ ਰਿਸਰਚ ਇੰਸਟੀਚਿਊਟ ਵੈਰੀ ਸਪਾਈਸੀ ਕਰੀ ਕੰਟੇਨਸ ਅ ਮੋਰ ਸੈਲਿਸਿਲਿਕ ਐਸਿਡ ਦੈਨ ਅ ਡੋਜ਼ ਆਫ ਅ ਐਸਪਰਿਨ ਮਤਲਬ ਕੀ ਹੈ ਕਿ ਜਿਹੜੇ ਆ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਇਹਦੇ ਚ ਜਿਆਦਾ ਸੈਲਿਸਿਲਿਕ ਐਸਿਡ ਹੁੰਦਾ ਹੈ ਇੱਕ ਐਸਪਰਿਨ ਦੀ ਡੋਜ਼ ਦੇ ਨਾਲੋਂ ਵੀ ਹੁਣ ਆਪਾਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਹੈ ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਆਨਸਰ ਜਿਹੜਾ ਉਹ ਮਿਲਣਾ ਚਾਹੀਦਾ ਹੈਗਾ ਦੇਖੋ ਆਪਾਂ ਨੂੰ ਪਤਾ ਲੱਗਾ ਇਹ ਵੀ ਨਹੀਂ ਹੈਗਾ ਇਹ ਵੀ ਨਹੀਂ ਹੈਗਾ ਇਹ ਵੀ ਹੋ ਗਿਆ ਇਹ ਵੀ ਹੋ ਗਿਆ ਇਹ ਵੀ ਹੋ ਗਿਆ ਇਹ ਵੀ ਹੋ ਗਿਆ ਠੀਕ ਹੈ अर्ली ਪਪੂਲਾਰਿਟੀ ਯੂਰਪੀ ਤਾ ਬਿਲਕੁਲ ਵੀ ਨਹੀਂ ਹੈਗਾ ਐਪਰੋਪਰੀਟ ਤੇ ਇਨਐਪਰੋਪਰੀਟ ਲੌਂਗ ਟਰਮ ਦੇ ਵੀ ਯੂਜ਼ ਨਹੀਂ ਹੈਗੇ ਰੈਮੀਡੀ ਸਿਕ ਚਿਲड्रन ਦੀ ਬਿਲਕੁਲ ਵੀ ਨਹੀਂ ਗੱਲ ਕਰੀ ਅਵੇਲੇਬਿਲਟੀ ਟੂ ਦਾ ਪਬਲਿਕ ਵੀ ਨਹੀਂ ਐਕੂਰੇਟ ਆਂਸਰ ਹੈਗਾ ਫੋਰਥ ਐਡੀਬਲ ਸੋਰਸਸ ਆਫ ਸੈਲਿਸਿਲਿਕ ਐਸਿਡ ਕਿ ਸੈਲਿਸਿਲਿਕ ਐਸਿਡ ਹੈ ਜਿਹੜਾ ਉਹਦੇ ਐਡੀਬਲ ਸੋਰਸਸ ਕਿਹੜੇ ਨੇ ਐਡੀਬਲ ਖਾਣ ਪੀਣ ਵਾਲੇ ਆਲੋ ਸਾਰਾ ਕੁਝ ਦੇਤਾ ਖਾਣ ਪੀਣ ਚ ਕੀ ਕੀ ਆ ਗਿਆ ਖੰਜੂਰਾਂ ਡੇਟਸ ਦਾਖਾ ਕੀਵੀ ਫਰੂਟ ਇਹ ਸਾਰਿਆਂ ਦੇ ਵਿੱਚ ਜਿਹੜਾ ਸੈਲਿਸਿਲਿਕ ਐਸਿਡ ਹੈ ਦੈਟਸ ਇਟ ਲਾਸਟ ਕੁਐਸਚਨ ਨਹੀਂ ਕਰਨਾ ਸਮ ਫਿਜ਼ੀਸ਼ੀਨਰ ਰਿਕਮੈਂਡ ਕਰਦੇ ਨੇ ਕਿ ਜਿਹੜੇ ਐਸਪ੍ਰਿਨ ਐਜ਼ ਅ ਕੰਟੀਨਿਊਸ ਮੈਡੀਕੇਸ਼ਨ ਇਨ ਅ ਲੋ ਡੋਸੇਜ ਟੂ ਪ੍ਰੋਵਾਈਡ ਅ ਅ ਡਿਫੈਂਸ ਅਗੇਂਸਟ ਹਾਰਟ ਅਟੈਕ ਸਟ੍ਰੋਕਸ ਬਲੱਡ ਕਲੋਟ ਫਾਰਮੇਸ਼ਨ ਇਨ ਸਮ ਪੇਸ਼ੈਂਟ ਮਤਲਬ ਕੁਝ ਕੁ ਪੇਸ਼ੈਂਟ ਦੇ ਵਿੱਚ ਜੇ ਦੇਖਿਆ ਗਿਆ ਨਾ ਇਹ ਸਭ ਤੋਂ ਜ਼ਿਆਦਾ ਵੱਡਾ ਕੰਮ ਕੀ ਕਰਦੀ ਹੈ ਡੀਅਰ ਕਿ ਇਹ ਉਹਨਾਂ ਨੂੰ ਹਾਰਟ ਅਟੈਕ ਤੋਂ ਬਚਾਉਂਦੀ ਹੈ ਸਟ੍ਰੋਕਸ ਤੋਂ ਬਚਾਉਂਦੀ ਹੈ ਬਲੱਡ ਕਲੋਟ ਤੋਂ ਬਚਾਉਂਦੀ ਹੈ ਠੀਕ ਹੈ अर्ली ਰਿਜ਼ਲਟ ਫਰੋਮ ਦਾ ਸਟੱਡੀਜ਼ ਸ਼ੋว์ ਦੱਟ ਇਟ ਮੇ even be effective in warding off a certain type of cancer how matlab eto de fayde dasde pe kidiyan kidiyan chijjan ton bachari hai however it is not suggested that a healthy people should start at taking daily aspirin par kehnda healthy bande nu aspirin roz nahi leni chahidi as a prophylactic measures as there are a positive lifestyle changes that that can be made instead quitting smoking yaar tusi na jida apni body nu sahi smoking katta do ਜਾ ਕੰਜ਼ੂਮਿੰਗ ਅ ਲिटल অর ਨੋ ਐਲਕੋਹਲ ਜੇ ਸ਼ਰਾਬ ਘੱਟ ਪੀਓ ਜਾਂ ਜਮਿਨਾ ਪੀਓ ਤੇ ਮੇਨਟੇਨਿੰਗ ਅ ਨਾਰਮਲ weight ਬਾਈ ਈਟਿੰਗ ਅ ਹੋਲਸਮ ਡਾਈਟ ਐਂਡ ਗੈਟਿੰਗ ਅ ਰੈਗੂਲਰ ਐਕਸਰਸਾਈਜ਼ ਮਤਲਬ ਕਹਿੰਦਾ ਇਹ ਹੈ ਉਪਰ ਦੱਸਦਾ ਵੀ ਇਹਦੇ ਕਿੰਨੇ ਫਾਇਦੇ ਨੇ ਸੈਲਿਸਿਲਿਕ ਐਸਿਡ ਦੇ ਐਸਪ੍ਰਿਨ ਦੇ ਲਾ ਲੋ ਅਟੈਕ ਤੋਂ ਬਚਾਉਗੀ ਸਟ੍ਰੋਕ ਤੋਂ ਬਚਾਉਗਾ ਸਾਰੇ ਪਰ ਕਹਿੰਦਾ ਇਹਨੂੰ ਐ ਨਹੀਂ ਹੈ ਕਹਿੰਦਾ ਵੀ ਹੈਲਥੀ ਬੰਦੇ ਨੂੰ ਨਹੀਂ ਲੈਣਾ ਚਾਹੀਦਾ ਉਹ ਹੈਲਥੀ ਬੰਦਾ ਆਪਣੇ ਆਪ ਨੂੰ ਕਿਵੇਂ ਠੀਕ ਰੱਖ ਸਕਦਾ ਹੈ ਸਮੋਕਿੰਗ ਛੱਡ ਦੇ ਸ਼ਰਾਬ ਛੱਡ ਦੇ ਆ ਸਾਰੀਆਂ ðiis adjustment of a lifestyle may not be effortless but in the long run ਆਰ ਐਕਸਟ੍ਰੀਮਲੀ ਬੈਨੀਫੀਸ਼ੀਅਲ ਪਰ ਲੰਬੀ ਰਨ ਚ ਇਹਦੇ ਬੜੇ ਬੈਨੀਫਿਟ ਹੋਣਗੇ ਇਫ ਸਿੰਪਟਮਸ ਆਫ ਅ ਵਿਦਡਰਾਲ ਆਰ ਪੇਨਫੁਲ ਯੂ ਕੁਡ ਟੇਕ ਅ ਕਪਲ ਆਫ ਐਸਪਰੀਨ ਟੂ ਓਵਰਕਮ ਦਾ ਟੈਂਪਰੇਰੀ ਡਿਸਕੰਫਰਟ ਪਰ ਇਹਦਾ ਜਿਹੜਾ ਡਿਸਕੰਫਰਟ ਹੁੰਦਾ ਉਹ ਟੈਂਪਰੇਰੀ ਹੁੰਦਾ ਪੱਕਾ ਲਾਜ ਨਹੀਂ ਹੁੰਦਾ ਤਾਂ ਐਕੂਰੇਟ ਆਨਸਰ ਕੀ ਹੈਗਾ 8th ਐਪਰੋਪਰੀਏਟ ਐਂਡ ਇਨ ਐਪਰੋਪਰੀਏਟ ਲੌਂਗ ਟਰਮ ਯੂਜ਼ ਮਤਲਬ ਕਿ ਉਹ ਹੈ ਐਪਰੋਪਰੀਏਟ ਦੇ ਇੱਕ ਫਾਇਦੇ ਵੀ ਦੱਸਦੇ ਇੱਕ ਨੁਕਸਾਨ ਵੀ ਦੱਸਦੇ ਵੀ ਸਾਰਾ ਕੁਝ ਕਲੀਅਰ ਹੈਗਾ ਇਹ ਤੋਂ ਬਿਨਾ ਕੁਝ ਨਹੀਂ ਲਾਸਟ ਤੇ ਤਿੰਨ ਆਪਸ਼ਨ ਜਿਹੜੇ ਬਚਨੇ ਚਾਹੀਦੇ ਸੀ ਉਹ ਕਿਹੜੇ ਕਿਹੜੇ ਬਚ ਕੇ ਦੇਖਿਓ ਇੱਕ ਤਾਂ ਰੈਮੇਡੀ ਫਾਰ ਸਿਕ ਚਿਲड्रन ਨਹੀਂ ਆਇਆ ਹੈਗਾ ਠੀਕ ਹੈ ਇੱਕ ਅਵੇਲੇਬਿਲਟੀ ਟੂ ਦਾ ਪਬਲਿਕ ਨਹੀਂ ਆਇਆ ਤੇ अर्ਲੀ ਪਪੂਲਰਿਟੀ ਨਿਊਯਾਰਕ ਨਹੀਂ ਹੈ 11 ਕੁਐਸਚਨ ਸੀ 8 ਨੇ ਆਉਣਾ ਸੀਗਾ 3 ਖਾਲੀ ਸੀਗੇ ਤਾਂ ਆਹ ਵਾਲੇ ਪਹਿਲਾ ਪੰਜਵਾਂ ਤੇ 11ਵਾਂ ਖਾਲੀ ਗਏ ਤੇ ਪੂਰੇ ਜਿਹੜੇ ਆਨਸਰਸ ਨੇਗੇ ਉਹ ਕਿਵੇਂ ਲਾਉਣੇ ਨੇ ਮੈਂ ਤੁਹਾਨੂੰ ਉਹ ਵੀ ਦੱਸ ਦਣਾ ਪੇਪਰ ਦੇ ਵਿੱਚ ਤੁਸੀਂ ਕਿਵੇਂ ਲਿਖਣਾ ਪੁੱਤ ਆ ਲੋ ਤੁਸੀਂ ਫਾਈਨਲ ਐਗਜ਼ਾਮ ਦੇ ਵਿੱਚ ਜਿਹੜੇ ਆਪਣੇ ਆਨਸਰਸ ਨੇਗੇ ਉਹ ਕੁਝ ਇਸ ਤਰੀਕੇ ਨਾਲ ਲਿਖੋਗੇ ਲਾਈਕ ਜਿਵੇਂ ਪਹਿਲੇ ਨੰਬਰ ਤੇ 7th okay agla 9th okay 3rd that's fine 2nd that's okay 6th 10th 4th the 8th matlab des is a best way ਇਸ ਤਰੀਕੇ ਨਾਲ ਤੁਸੀਂ ਪੇਪਰ ਕਰਕੇ ਆਉਂਗੇ ਨਾ ਰਮਨ ਸ਼ਰਮਾ ਬੈਠੇਗਾ ਤੇ ਇੱਕ ਵੀ ਬੱਚੇ ਦਾ ਲਿਸਟ ਆਫ ਹੈਡਿੰਗ ਕਦੇ ਗਲਤ ਨਹੀਂ ਜਾਂਦਾ ਆਈ ਐਮ 100% ਰਿਸਪੋਨਸੀਬਲ ਆਫ 댓 ਉਮੀਦ ਹੈ ਤੁਹਾਨੂੰ ਬਹੁਤ ਚੰਗਾ ਲੱਗਿਆ ਹੋਊਗਾ ਲਿਸਟ ਆਫ ਹੈਡਿੰਗ ਜਿੰਨੇ ਵਧੀਆ ਪੜ੍ਹਾਏ ਇਸ ਤੋਂ ਵਧੀਆ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਹੈਗਾ ਮੇਰੇ ਵੱਲੋਂ ਇੰਨੇ ਛੋਟੇ ਜਿਹੇ ਲੈਕਚਰ ਦੇ ਵਿੱਚ ਇੰਨਾ ਵਧੀਆ ਤੁਹਾਨੂੰ ਪੜਾਇਆ ਗਿਆ ਤੇ ਆਓ ਲਾਸਟ ਦੀ ਗੱਲ ਸੁਣਦੇ ਆ ਰਮਨ ਸ਼ਰਮਾ ਕੀ ਕਹਿੰਦੇ ਆ ਥੈਂਕ ਯੂ ਵੈਰੀ ਮਚ ਸੋ ਉਮੀਦ ਕਰਦਾ ਜਿੰਨਾ ਪੜਾਇਆ ਵਧੀਆ ਪੜਾਇਆ ਦਿਲੋਂ ਪੜਾਇਆ ਤਾਂ ਜੋ ਵੀ ਸਮਝਾਇਆ ਤੁਸੀਂ ਇਹ ਸਾਰੀਆਂ ਟ੍ਰਿਕਸ ਮੇਰੀਆਂ ਇੱਕ ਵਾਰ ਅਪਲਾਈ ਕਰਕੇ ਦੇਖੋ ਕਿਸੇ ਵੀ ਇੰਸਟੀਚਿਊਟ ਚ ਪੜਦੇ ਹੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਮੇਰੀਆਂ ਆਹ ਟ੍ਰਿਕਸ ਨੂੰ ਇੱਕ ਵਾਰ ਅਪਲਾਈ ਕਰਕੇ ਦੇਖਿਓ ਤੁਹਾਡਾ ਇੱਕ ਵੀ ਸਿੰਗਲ ਕੁਐਸਚਨ ਵੀ ਗਲਤ ਨਹੀਂ ਜਾਂਦਾ ਮੈਂ ਜ਼ਿੰਮੇਵਾਰ ਬੈਠਾ ਇਹ ਸਭ ਤੋਂ ਵੱਡੀ ਕਮਾਲ ਦੀ ਗੱਲ ਹੈ ਜੇ ਕੋਈ ਵੀ ਬੱਚਾ ਆਨਲਾਈਨ ਕਲਾਸ ਪੜ੍ਹਨੀ ਚਾਹੁੰਦਾ ਹੈਗਾ ਤਾਂ ਮੇਰੀ ਕਲਾਸ ਸ਼ਾਮ ਨੂੰ 5 to 7 इंडिया टाइम Zoom एप्लीकेशन ਦੇ ਉੱਪਰ ਹੁੰਦੀ ਹੈਗੀ ਸਾਰੇ ਮੋਡਿਊਲ ਦਾ ਡਿਸਕਸ਼ਨ ਦੇ ਨਾਲ ਲਾਈਵ ਕਲਾਸ ਦਿਨਾ एवरीडे ਮਤਲਬ ਮੰਡੇ ਟੂ ਫਰਡੇ ਸੈਟਰਡੇ ਮੌਕ ਟੈਸਟ ਹੁੰਦਾ ਹੈਗਾ ਕੋਈ ਵੀ ਸਟੂਡੈਂਟ ਜੇ ਮੇਰੇ ਕੋਲ ਇਹ ਪੜਨਾ ਚਾਹੁੰਦਾ ਹੈਗਾ ਤਾਂ ਇਹ ਕੰਟੈਕਟ ਨੰਬਰ ਹੈ ਆ ਮੇਰਾ ਆਫੀਸ਼ੀਅਲ ਨੰਬਰ ਇਕੋ ਹੈਗਾ ਤੁਸੀਂ ਇਹਤੇ ਕੰਟੈਕਟ ਨੰਬਰ ਤੇ ਆਪਣੀ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਬਹੁਤ ਘੱਟ ਰੁਪਈਆਂ ਦੇ ਵਿੱਚ ਬਹੁਤ ਸਸਤੇ ਇੱਕ ਤਰੀਕੇ ਦਾ ਕਿਉਂਕਿ ਜਿੰਨਾ ਕਿ ਖਰਚਾ ਸਾਡੀ ਟੀਮ ਨੂੰ ਚਾਹੀਦਾ ਸੀ ਉਹਨੇ ਕਿ ਪੈਸੇ ਲੈਣੇ ਆ ਪਰ ਕਮਾਲ ਦਾ ਐਵੇਂ ਪੜਾਵਾਂਗੇ ਕਿ ਤੁਸੀਂ ਪਹਿਲੀ ਵਾਰ ਚ ਆਪਣਾ ਪੇਪਰ ਕਲੀਅਰ ਕਰਨ ਦੇ ਲਈ ਐਲੀਜੀਬਲ ਹੋ ਜਾਓਗੇ ਥੈਂਕ ਯੂ ਵੈਰੀ ਮੱਚ